ਸਿਨੇਮਾ ਘਰਾਂ ਦੇ ਵਿੱਚ ਫਿਲਮ ਲੈ ਕੇ ਆ ਰਹੇ ਹਾਂ। ਫਿਲਮ ਦਾ ਨਾਂ ਹੈ ਜੱਟਾ ਡੋਲੀਨਾ ਅਤੇ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ। ਬੜੀ ਵਧੀਆ ਜੀ, ਇਹ ਫਿਲਮ ਆਮ ਫਿਲਮਾਂ ਵਰਗੀ ਪਰਿਵਾਰਕ ਫਿਲਮ ਆ, ਔਰ ਇਹਦੀ ਜਿਹੜੀ ਸਪੈਸ਼ਲਿਟੀ ਆ ਉਹ ਹੈ ਗੱਤਕਾ। ਇਹਦੀ ਫਿਲਮ ਦੇ ਵਿੱਚ ਗੱਤਕੇ ਨੂੰ ਇੱਕ ਬੜੇ ਵੱਖਰੇ ਜਿਹੇ ਰੂਪ ਨਾਲ ਰੀਪ੍ਰਜੈਂਟ ਕੀਤਾ ਗਿਆ ਆ, ਅਤੇ ਇਹਦੇ ਵਿੱਚ ਮੈਸੇਜ ਇਹੀ ਹੈ ਜੀ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਆਪਣਾ ਸੱਭਿਆਚਾਰ ਤੋਂ ਦੂਰ ਹੋ ਰਹੇ ਆ, ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਗੱਤਕਾ, ਕਿਉਂਕਿ ਅੱਜ ਕੱਲ੍ਹ ਗੱਤਕਾ ਜਿਹੜਾ ਬੜਾ ਕੰਪੈਟੀਟਿਵ ਹੋ ਗਿਆ, ਓਲੰਪਿਕਸ ਤੱਕ ਪਹੁੰਚ ਗਿਆ, ਅਤੇ ਇਹਦੇ ਵਿੱਚ ਵੀ ਤੁਸੀਂ ਅਚੀਵਮੈਂਟ ਕਰ ਸਕਦੇ ਹੋ, ਮੈਡਲ ਲੈ ਸਕਦੇ ਹੋ। ਕੀ ਕਹਿਣਾ ਚਾਹੋਗੇ ਫਾਈਨਲੀ ਜਾਂਦੇ ਹੋ? ਫਾਈਨਲੀ ਜੀ ਬਸ ਇਹੀ ਕਿ 5 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖੋ ਜੱਟਾ ਡੋਲੀਨਾ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ, ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਤੁਹਾਨੂੰ ਪਤਾ ਕਿ ਇਸ ਸਮੇਂ ਜਿਹੜਾ ਵੈ ਨਵਾਂ ਸਾਲ ਆਉਣ ਵਾਲਾ, ਲੇਕਿਨ ਇਸ ਨੂੰ ਲੈ ਕੇ ਬਹੁਤ ਹੀ ਸੋਹਣਾ ਜਿਹੜਾ ਤੋਹਫਾ ਵੈ ਪੰਜਾਬੀ ਇੰਡਸਟਰੀ ਵੱਲੋਂ ਆਪਣੇ ਪੰਜਾਬੀਆਂ ਨੂੰ ਦਿੱਤਾ ਜਾ ਰਿਹਾ ਵੈ, ਔਰ ਕਹਿ ਸਕਦੇ ਹੋ ਕਿ ਹਰ ਵਾਰ ਕਹਾਣੀ ਬਹੁਤ ਸੋਹਣੀ ਹੈ, ਜਿਸਦਾ ਅਕਸਰ ਇੰਤਜ਼ਾਰ ਕੀਤਾ ਜਾਂਦਾ ਕਿ ਇੰਡਸਟਰੀ ਵਿੱਚ ਕੁਛ ਨਵਾਂ ਆਵੇ, ਕੁਛ ਨਵਾਂ ਆਵੇ। ਸੋ ਫਾਈਨਲੀ ਇੱਕ ਬਹੁਤ ਖੂਬਸੂਰਤ ਕਹਾਣੀ ਆਈ ਹੈ, ਔਰ ਮੂਵੀ ਦਾ ਨਾਮ ਵੀ ਹੈ ਜੱਟਾ ਡੋਲੀਨਾ। ਅਤੇ ਸਾਡੇ ਨਾਲ ਗੱਲ ਕਰਨੀ ਮੌਜੂਦ ਨੇ ਜਰਨੈਲ ਸਿੰਘ ਜੀ, ਜਿਹਨੂੰ ਹਮੇਸ਼ਾ ਤੁਸੀਂ ਵੱਖ ਵੱਖ ਕਿਰਦਾਰਾਂ ਦੇ ਵਿੱਚ ਦੇਖਦੇ ਹੋ, ਹਰ ਭਾਵੇਂ ਡਿਊਟ ਹੋਣ ਜਾਂ ਸਿੰਗਲ ਸੌਂਗ ਹੋਣ ਜਾਂ ਮੂਵੀਜ਼ ਹੋਵੇ, ਹਰ ਤਰੀਕੇ ਦੇ ਨਾਲ ਉਹ ਕਿਰਦਾਰ ਦੇ ਵਿੱਚ ਫਿੱਟ ਹੋ ਜਾਂਦੇ ਨੇ। ਇਸ ਦੀ ਕਿਸ ਪ੍ਰਕਾਰ ਨਾਲ ਫਿੱਟ ਹੁੰਦੇ ਨੇ ਅਤੇ ਉਹ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਵੈਲਕਮ ਟੂ ਲੁਧਿਆਣਾ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਅਗਰ ਗੱਲ ਕਰੀਏ, ਹਰ ਵਾਰ ਤੁਹਾਡਾ ਇੱਕ ਨਵਾਂ ਕਿਰਦਾਰ ਹੁੰਦਾ, ਇੱਕ ਹਰ ਮੂਵੀ ਦੇ ਵਿੱਚ ਨਵਾਂ ਹੁੰਦਾ, ਔਰ ਕਾਫੀ ਲੰਬੇ ਸਮੇਂ ਬਾਅਦ ਇੱਕ ਐਸੀ ਮੂਵੀ ਆ ਰਹੀ ਹੈ ਜੋ ਕਿ ਹਰ ਚੀਜ਼ ਤੁਹਾਨੂੰ ਦੇਗੀ, ਉਹਦੇ 'ਚ ਰੋਮੈਂਸ ਵੀ ਦੇਖਣ ਨੂੰ ਮਿਲੇਗਾ, ਐਕਸ਼ਨ ਵੀ ਦੇਖਣ ਨੂੰ ਮਿਲੇਗਾ। ਕਿਸ ਪ੍ਰਕਾਰ ਦੀ ਇਹ ਪੂਰੀ ਕਹਾਣੀ ਹੈਗੀ ਆ, ਔਰ ਕਿਸ ਪ੍ਰਕਾਰ ਨਾਲ ਇਹ ਸਾਰੀ ਸਟਾਰਕਸ ਇਕੱਠੀ ਹੋਈ ਇੱਕ? ਬੜੀ ਵਧੀਆ ਜੀ, ਇਹ ਫਿਲਮ ਆਮ ਫਿਲਮਾਂ ਵਰਗੀ ਪਰਿਵਾਰਕ ਫਿਲਮ ਆ, ਔਰ ਇਹਦੀ ਜਿਹੜੀ ਸਪੈਸ਼ਲਿਟੀ ਆ ਉਹ ਹੈ ਗੱਤਕਾ। ਇਹਦੀ ਫਿਲਮ ਦੇ ਵਿੱਚ ਗੱਤਕੇ ਨੂੰ ਇੱਕ ਬੜੇ ਵੱਖਰੇ ਜਿਹੇ ਰੂਪ ਨਾਲ ਰੀਪ੍ਰਜੈਂਟ ਕੀਤਾ ਗਿਆ ਆ। ਬਾਕੀ ਉਹੀ ਕਿਰਦਾਰ ਨੇ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਹੁੰਦੇ ਨੇ, ਫਾਦਰ ਮਦਰ ਹੀਰੋ ਹੀਰੋਇਨ ਜੀ। ਸੌਂਗਸ ਵੀ ਹੈਗੇ ਨੇ, ਰੋਮਾਂਸ ਵੀ ਹੈ, ਡਰਾਮਾ ਵੀ, ਐਕਸ਼ਨ ਵੀ ਹੈ, ਸਾਰਾ ਕੁਛ ਕੰਪਲੀਟ ਪੈਕੇਜ ਆ ਫਿਲਮ ਦਾ ਜੀ। ਸੋ ਸਰ, ਗੱਤਕਾ ਅਕਸਰ ਮੈਂ ਦੇਖਦਾ ਕਿ ਜਦੋਂ ਇੱਕ ਹੀਰੋ ਹੁੰਦਾ ਵੈ, ਬਹੁਤ ਸਾਰੀ ਫਿਲਮਾਂ ਆਉਂਦੀਆਂ, ਕਿਸੇ 'ਚੋਂ ਸਾਈਕਲ ਰੇਸ ਕਰਦਾ, ਕਿਸੇ ਵਿੱਚ ਦੌੜਦਾ ਸੋਹਣਾ ਲੱਗਦਾ ਕਿ ਹਾਂ ਵੀ ਤੂੰ ਲੜਨੇ, ਕਿਸੇ 'ਚੋਂ ਕ੍ਰਿਕਟਰ ਹੁੰਦਾ ਲਾਈਕ ਧੋਨੀ ਆਈ ਜਿਵੇਂ, ਸੋ ਇਹਦੇ ਤੁਸੀਂ ਗੱਤਕਾ ਨੂੰ ਪੇਸ਼ ਕੀਤਾ ਵੈ, ਕਿਸ ਤਰ੍ਹਾਂ ਦੇਖੋ ਕਿੰਨੀ ਮਿਹਨਤ ਇੱਕ ਆਰਟਿਸਟ ਨੂੰ ਕਰਨੀ ਪਈ ਹੈ ਗੱਤਕਾ ਨੂੰ ਲੈ ਕੇ? ਦੇਖੋ, ਪਹਿਲਾਂ ਤਾਂ ਉਹ ਗੱਤਕਾ ਜਿਹੜੇ ਸਾਡੇ ਹੀਰੋ ਨੇ ਕਿਰਨ ਜੀ, ਉਹ ਪਹਿਲਾਂ ਗੱਤਕਾ ਖੇਡਦੇ ਸੀਗੇ, ਬਟ ਫਿਲਮ ਦੇ ਵਿੱਚ ਗੱਤਕੇ ਨੂੰ ਜਿਸ ਰੂਪ 'ਚ ਅਸੀਂ ਵਿਖਾਉਣਾ ਸੀ ਉਹਦੇ ਵਾਸਤੇ ਕੁਝ ਖਾਸ ਉਹਨਾਂ ਨੂੰ ਪ੍ਰੈਕਟਿਸ ਦੀ ਲੋੜ ਸੀ, ਖਾਸ ਇੰਸਟਰਕਸ਼ਨਸ ਦੀ ਲੋੜ ਸੀਗੀ। ਉਹਨਾਂ ਨੇ ਫਿਰ ਗਾਈਡੈਂਸ ਲਈ, ਦੁਬਾਰਾ ਸਿੱਖਿਆ, ਐਕਸ਼ਨ ਸਿੱਖਿਆ, ਅਤੇ ਸਭ ਤੋਂ ਵਧੀਆ ਗੱਲ ਹੈ ਕਿ ਹਰ ਚੀਜ਼ ਨੂੰ ਕੈਚ ਬੜੇ ਈਜ਼ੀ ਤਰੀਕੇ ਨਾਲ ਉਹ ਕਰ ਲੈਂਦੇ ਸੀਗੇ, ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਦਾ ਫੇਸ ਨਹੀਂ ਕਰਨੀਆਂ ਪਈਆਂ, ਅਤੇ ਬਹੁਤ ਵਧੀਆ ਬਣੀ ਫਿਲਮ। ਸਰ, ਤੁਸੀਂ ਪ੍ਰੋਬਲਮ ਦੀ ਗੱਲ ਕੀਤੀ ਆ, ਪ੍ਰੋਬਲਮ ਤਾਂ ਮੈਂ ਅਗਰ ਗੱਲ ਕਰਾਂ, ਤੁਸੀਂ ਕਿਹਾ ਸੀ ਇੱਕ ਚੀਜ਼ ਜਿਹੜੀ ਹਮੇਸ਼ਾ ਮੈਨੂੰ ਯਾਦ ਰਹੂਗੀ, ਮੋਡ ਫਿਲਮ ਦੀ ਗੱਲ ਕਰ ਰਿਹਾ ਕਿ ਫਿਲਮ ਦਾ ਜੋ 20 ਕਰੋੜ ਰੁਪਏ ਲੱਗੇ ਸੀਗੇ, ਅਤੇ ਤੁਸੀਂ ਕਹੀ ਇੱਕ ਇੱਕ ਦਿਨ ਦੇ ਵਿੱਚ 3-3 ਦਿਨ ਸੈੱਟ ਜਿਹੜਾ ਵੈ ਕੰਪਲੀਟ ਕਰਨ ਨੂੰ ਲੱਗ ਜਾਂਦਾ ਸੀਗਾ, ਲੇਕਿਨ 3 ਦਿਨ ਬਾਅਦ ਸਾਰਾ ਡਿਸਟਰੋਏ ਵੀ ਕਰ ਦਿੱਤਾ ਜਾਂਦਾ ਸੀ, ਮਤਲਬ ਇੰਨਾ ਪੈਸਾ ਉਹਨਾਂ ਦਾ ਲੱਗਿਆ ਸੀਗਾ। ਬਿਲਕੁਲ ਜੀ, ਮੋਡ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬੀ ਸਿਨੇਮੇ ਦੀ ਮੁਗਲੇ ਆਜ਼ਮ ਆ, ਇਹਦਾ ਮੁਗਲੇ ਆਜ਼ਮ ਨੂੰ ਯਾਦ ਕੀਤਾ ਜਾਂਦਾ ਅੱਜ। ਠੀਕ ਹੈ, ਉਹਨਾਂ ਰਿਜ਼ਲਟ ਜਿੰਨਾ ਚਾਹੁੰਦੇ ਸੀ ਨਹੀਂ ਮਿਲਿਆ, ਬਟ ਹੁਣ ਜਿਹੜਾ ਬੰਦਾ ਵੀ Z5 ਤੇ ਜਾ ਕੇ ਫਿਲਮ ਨੂੰ ਵੇਖਦਾ ਤੇ ਉਹ ਗਿਲਟੀ ਫੀਲ ਕਰਦਾ, ਯਾਰ ਇਹ ਫਿਲਮ ਮੈਨੂੰ ਸਿਨੇਮੇ 'ਚ ਵੇਖਣੀ ਚਾਹੀਦੀ ਸੀ, ਇਹ ਛੋਟੀ ਸਕਰੀਨ ਦੀ ਫਿਲਮ ਹੀ ਨਹੀਂ ਹੈ।
ਇਹ ਦਿਖਣੀ 70 ਫੁੱਟ ਦੀ ਸਕਰੀਨ ਤੇ ਸੀ। ਕਿੰਨੀ ਮਿਹਨਤ ਹੋਈ ਸੀਗਾ ਸਟਾਰ ਕਾਸਟਿੰਗ ਕਰਕੇ, ਲੋਕੇਸ਼ਨ ਦੀ ਗੱਲ ਕਰੀਏ, ਸੈਟ ਦੀ ਗੱਲ ਕਰੀਏ, ਕਾਂਟ ਐਕਸਪਲੇਨ ਇਨ ਵਰਡਸ, ਲਫ਼ਜ਼ਾਂ 'ਚ ਮੈਨੂੰ ਲੱਗਦਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਦੱਸਿਆ ਨਾ ਕਿ ਇਸ ਮੁਲਕ ਦੀ ਸਭ ਤੋਂ ਵੱਡੀ ਫਿਲਮ ਜਿਹੜੀ ਆ ਕੇ ਆਸਿਫ ਨੇ ਬਣਾਈ ਸੀ ਮੁਗਲ ਆਜ਼ਮ, ਅਤੇ ਉਹ ਪੰਜਾਬੀ ਸਿਨੇਮੇ ਦੀ ਮੁਗਲ ਆਜ਼ਮ ਮੌੜ ਹੈ। ਸੋਚੋ ਕੀ ਚੀਜ਼ ਹੋ, ਬਿਲਕੁਲ ਤੁਸੀਂ ਮੌਲਾ ਚੜ੍ਹਦਾ ਵੀ ਕੀਤਾ ਸੀ ਸ਼ੇਅਰ ਉਸ ਟਾਈਮ। ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ, ਉਹ ਸਾਰਾ ਕੁਛ ਹੈ। ਉਹ ਇੱਕ ਵੱਖਰੀ ਤਰ੍ਹਾਂ ਦਾ ਲੈਜੈਂਡ ਸੀਗਾ, ਜਿਉਣਾ ਵੱਖਰੀ ਤਰ੍ਹਾਂ ਦਾ ਲੈਜੈਂਡ। ਸਾਡੇ ਕੋਲ ਕਈ ਲੈਜੈਂਡਸ ਹੋਏ ਨੇ, ਪਰ ਮੈਂ ਚਾਹੁੰਦਾ ਹਾਂ ਕਿ ਲੋਕ ਇਹਨਾਂ ਫਿਲਮਾਂ ਨੂੰ ਪ੍ਰਮੋਟ ਕਰਨ, ਇਹਨਾਂ ਫਿਲਮਾਂ ਨੂੰ ਵੇਖਣ। ਜੇ ਅਸੀਂ ਆਪਣੀ ਰੂਟਸ ਨਾਲੋਂ ਟੁੱਟ ਜਾਵਾਂਗੇ ਨਾ, ਅਤੇ ਦਰਖਤ ਬਹੁਤਾ ਚਿਰ ਨਹੀਂ ਚੀਂਦਾ ਫਿਰ, ਜਦੋਂ ਜੜ੍ਹਾਂ ਤੋਂ ਉੱਖੜ ਜਾਂਦਾ। ਬਿਲਕੁਲ, ਤੁਸੀਂ ਐਵੇਂ ਕਹਿ ਸਕਦੇ ਕਿ ਅਜੇ ਕਹਿ ਲਓ ਕਿ ਲੋਕਾਂ ਨੂੰ ਅਜੇ ਪਰਖ ਜਿਹੜੀ ਹੈ ਚੰਗੀ ਫਿਲਮਾਂ ਦੀ ਅਜੇ ਇੰਨੀ ਜ਼ਿਆਦਾ ਨਹੀਂ ਹੋ ਰਹੀ, ਜਿਸ ਕਰਕੇ ਇੰਨਾ ਜ਼ਿਆਦਾ ਪੈਸਾ ਲੱਗਣ ਤੋਂ ਬਾਅਦ ਵੀ ਉਹ ਫਿਲਮ ਨਹੀਂ ਚੱਲ ਪਾਈ। ਬਿਲਕੁਲ ਜੀ ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਆਡੀਅੰਸ ਨੂੰ ਨਾ ਆਡੀਅੰਸ ਦੇ ਟੇਸਟ ਦੀ ਗੱਲ ਆ। ਕੁਛ ਐਸੀਆਂ ਫਿਲਮਾਂ ਵੀ ਚੱਲ ਗਈਆਂ ਜਿਹੜੀਆਂ ਵਲਗਰ ਸੀਗੀਆਂ, ਬਿਲਕੁਲ, ਜਿਨ੍ਹਾਂ ਦੇ ਨਾਲ ਪਰਿਵਾਰ ਦੇ ਨਾਲ ਬਹਿ ਕੇ ਵੇਖਿਆ ਨਹੀਂ ਜਾ ਸਕਦਾ। ਉਹਨਾਂ ਫਿਲਮਾਂ ਨੇ ਇੱਕ ਰਿਕਾਰਡ ਤੋੜ ਕਮਾਈ ਕੀਤੀ ਹੈ। ਫਿਰ ਇਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜੇ ਮੇਕਰਸ ਨੇ ਉਹਨਾਂ ਦਾ ਦਿਲ ਦੁਖਦਾ ਵੀ ਯਾਰ ਇੱਕ ਨੀਟ ਐਂਡ ਕਲੀਨ ਚੀਜ਼ਾਂ ਲੈ ਕੇ ਆਉਣ ਡੇ ਆ, ਉਹ ਲੋਕ ਜਾ ਨਹੀਂ ਰਹੇ। ਵੀ ਸਾਡੀ ਆਡੀਅੰਸ ਨੂੰ ਚਾਹੀਦਾ ਕੀ ਆ, ਇਹੋ ਨਹੀਂ ਸਮਝ ਲੱਗਣ ਡਿਆ ਵੀ ਜਾਂ ਤਾਂ ਵਲਗਰੀ ਬਣਾਉਣ ਲੱਗ ਜਾਈਏ ਜਦੋਂ ਐਨੀਮਲ ਆ ਜਾਂ ਇਹ ਚੀਜ਼ਾਂ ਨੇ, ਫਿਰ ਦੂਜੇ ਪਾਸੇ ਤੁਰ ਪੈਂਦੇ ਯਾਰ ਹਥਿਆਰਾਂ ਨੂੰ ਪ੍ਰਮੋਟ ਕਰੀ ਜਾਂਦੇ। ਉਹ ਇੰਟਰਟੇਨਮੈਂਟ ਜਗਤ ਦੇ ਵਿੱਚ ਸਾਨੂੰ ਸਮਝਣਾ ਪੈਣਾ ਸਾਨੂੰ ਚਾਹੀਦਾ ਕੀ ਆ। ਤੁਸੀਂ ਇੰਡਸਟਰੀ ਦੇ ਵਿੱਚ ਰਹਿੰਦੇ ਹੋ, ਬਹੁਤ ਸਾਰੇ ਪ੍ਰੋਡਿਊਸਰ, ਬਹੁਤ ਸਾਰੇ ਡਾਇਰੈਕਟਰਾਂ ਤੁਹਾਡੀ ਗੱਲ ਹੁੰਦੀ ਹੈ। 2023 ਵੇਚ ਚੁੱਕਿਆ, ਪਹਿਲੇ ਲੋਕ ਕਹਿੰਦੇ ਕਾਮੇਡੀ ਦੇ ਉੱਤੇ ਮੂਵੀਆਂ ਕੰਟੀਨਿਊ ਬਣ ਰਹੀਆਂ, ਇੱਕੋ ਹੀ ਥੀਮ ਚੱਲ ਰਹੀ ਕਾਮੇਡੀ ਕਾਮੇਡੀ। ਫਿਰ ਲੋਕਾਂ ਨੇ ਇੱਕ ਦੇਵ ਕਰੋੜ ਜੀ ਨੇ ਥੋੜ੍ਹਾ ਰੁੱਖ ਚੇਂਜ ਕੀਤਾ ਕਿ ਚਲੋ ਐਕਸ਼ਨ ਮੂਵੀਜ਼ ਆਉਣੀ ਸ਼ੁਰੂ ਹੋਈਆਂ, ਇੱਕ ਰੁੱਖ ਹੋਇਆ ਕਿ ਹਾਂਜੀ ਇਹ ਬੰਦਾ ਐਕਸ਼ਨ ਮੂਵੀ 'ਚ ਹੀ ਨਜ਼ਰ ਆਉਂਦਾ, ਇਸ ਤੋਂ ਇਲਾਵਾ ਕਿੱਥੇ ਨਜ਼ਰ ਨਹੀਂ ਆਉਂਦਾ ਹੈਗਾ। ਅਤੇ ਫਾਈਨਲੀ ਹੁਣ ਤੁਸੀਂ ਜੇ ਇਸ ਮੂਵੀ ਦੀ ਗੱਲ ਕੀਤੀ ਕਿ ਇੱਕ ਜਿਹੜੇ ਕਿ ਯੋਧੇ ਹੈਗੇ ਨੇ ਆਪਣੇ, ਉਹਨਾਂ 'ਤੇ ਫਿਲਮ ਲੱਗ ਰਹੀ ਹੈ ਪਰ ਉਹ ਸਮਝ ਨਹੀਂ ਆ ਰਹੀ ਕਿ ਆਡੀਅੰਸ ਨੂੰ ਪਤਾ ਨਹੀਂ ਚੱਲਿਆ ਕਿ ਕਦੋਂ ਆਈ ਅਤੇ ਕਦੋਂ ਚੱਲੇਗੀ, ਅਤੇ ਪੈਸਾ ਵੀ ਪ੍ਰੋਡਿਊਸਰ ਦਾ ਕਾਫੀ ਲੱਗ ਗਿਆ। ਕਿਸ ਤਰ੍ਹਾਂ ਦਾ ਮਾਇੰਡ ਤੁਸੀਂ ਰੀਡ ਕਰਦੇ ਹੋ ਇਸ ਟਾਈਮ ਪੰਜਾਬੀ ਆਡੀਅੰਸ, ਅਗਰ ਹਾਲੀ ਪੰਜਾਬ ਦੀ ਗੱਲ ਕਰੀਏ ਤਾਂ? ਦੇਖੋ ਅਸੀਂ ਤਾਂ ਸੋਚ ਲਿਆ ਵੀ ਆਡੀਅੰਸ, ਆਈ ਥਿੰਕ ਸਾਡੀ ਆਡੀਅੰਸ ਇੰਨੀ ਅਵੇਅਰ ਨਹੀਂ ਹੈਗੀ ਕਿ ਉਹ ਤਾਲਮੇਲ ਕਰ ਸਕਣ ਕਿ ਉਹਨਾਂ ਨੇ ਵੇਖਣਾ ਕੀ ਆ, ਇੱਕ ਚੀਜ਼। ਦੋ ਨੰਬਰ ਦੂਜੀ ਗੱਲ ਇਹ ਹੈ ਕਿ ਇੱਕ ਮਿਡਲ ਕਲਾਸ ਫੈਮਿਲੀ ਜਿਹੜੀ ਆ ਨਾ, ਜਦੋਂ ਉਹ ਸਿਨੇਮੇ ਜਾਂਦੀ ਆ ਸਿਨੇਮਾ ਫਿਰ ਹਿੱਟ ਹੁੰਦਾ, ਜਦੋਂ ਇੱਕ ਮਿਡਲ ਕਲਾਸ ਫੈਮਿਲੀ ਜਾਂਦੀ। ਜਿਹੜੀ ਅਲੀਟ ਕਲਾਸ ਫੈਮਿਲੀਜ਼ ਨੇ ਉਹ ਤਾਂ ਬਹੁਤ ਰੇਅਰ ਫਿਲਮ ਸਿਨੇਮੇ, ਟਾਈਮ ਹੀ ਨਹੀਂ ਹੁੰਦਾ ਉਹਨਾਂ ਕੋਲ। ਮਿਡਲ ਕਲਾਸ ਅਤੇ ਅਪਰ ਕਲਾਸ ਜਿਹੜੀਆਂ ਫੈਮਿਲੀਜ਼ ਅਸੀਂ ਮੰਨ ਕੇ ਚੱਲਦੇ ਹਾਂ। ਵੈਸੇ ਤਾਂ ਬਾਬਾ ਨਾਨਕ ਕਹਿੰਦਾ ਕਿ ਮਾਨਸ ਕੀ ਜਾਤ ਸਭ ਹੈ ਏਕ ਪਹਿਚਾਣ, ਪਰ ਮੈਂ ਦੁਨਿਆਵੀ ਗੱਲ ਕਰ ਰਿਹਾ। ਜਦੋਂ ਉਹ ਸਿਨੇਮੇ ਫੁੱਟਫਾਲ ਹੁੰਦਾ ਫਿਰ ਫਿਲਮ ਹਿੱਟ ਹੁੰਦੀ ਹੈ। ਅਤੇ ਇੱਕ ਔਸਤ ਆਪਾਂ ਗੱਲ ਕਰ ਲਈਏ, ਜੇ ਮੈਂ ਲਾ ਲਾਂ, ਇੱਕ ਮੈਂ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਨ ਵਾਲਾ ਬੰਦਾ ਹਾਂ, ਮੈਂ ਇੱਕ ਮਹੀਨੇ ਦੇ ਵਿੱਚ ਇੱਕ ਫਿਲਮ ਮਤਲਬ ਅਫੋਰਡ ਕਰ ਸਕਦਾ। ਜੇ ਮੇਰੇ ਮੈਂ ਫਿਲਮ ਵੇਖਣ ਜਾਣਾ, ਮੇਰੇ 3 ਬੱਚੇ ਨੇ, ਮੇਰੀ ਵਾਈਫ ਹੈ, ਮੇਰੇ ਮਦਰ ਹੈ, ਅਸੀਂ 6 ਜਾਣੇ ਫਿਲਮ ਵੇਖਣ ਜਾਵਾਂਗੇ, 2-3 ਹਜ਼ਾਰ ਰੋਟੀ ਦਾ, 2-3 ਹਜ਼ਾਰ 4 ਹਜ਼ਾਰ ਉਹਦਾ, 5-7 ਹਜ਼ਾਰ ਤਾਂ ਗਿਆ। ਬਿਲਕੁਲ ਹੈ ਨਾ। ਸੋ ਮੈਨੂੰ ਲੱਗਦਾ ਕਿ ਬੰਦਾ ਕਹਿੰਦਾ ਯਾਰ 5-7 ਹਜ਼ਾਰ ਮੈਂ ਫਿਲਮ 'ਤੇ ਖਰਚ ਲਿਆ, ਹੁਣ ਅਗਲੇ ਹਫ਼ਤੇ ਇੱਕ ਹੋਰ ਆ ਰਹੀ ਆ, ਬੰਦਾ ਕਹਿੰਦਾ ਯਾਰ ਆਹ ਸਬਸਕ੍ਰਿਪਸ਼ਨ ਲੈਂਦੇ ਹਾਂ ਨੈੱਟਫਲਿਕਸ ਦੇ ਉੱਤੇ, ਵੇਖ ਲਾਂਗੇ ਯਾਰ, ਮੇਰੇ ਤੋਂ ਨਹੀਂ ਜਾਇਆ ਜਾਣਾ। ਇਹ ਵੀ ਬੜਾ ਫਰਕ ਹੈ। ਮੈਂ ਚਾਹੁੰਦਾ ਕਿ ਜਿਹੜੇ ਮੇਕਰਸ ਨੇ ਉਹ ਮਤਲਬ ਸ਼ਫਲ ਕਰ ਲੈਣ ਕਿ ਆਹ ਫਿਲਮਾਂ ਜਿਹੜੀਆਂ ਓ ਟੀ ਟੀ ਵਾਸਤੇ, ਆਹ ਫਿਲਮਾਂ ਸਿਨੇਮੇ ਵਾਸਤੇ, ਜੇ ਸਿਨੇਮੇ ਨੂੰ ਬਚਾਉਣਾ ਤੇ। ਬਟ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿੱਥੇ ਨਾ ਕਿੱਥੇ ਸਰ ਇਹ ਨਹੀਂ ਲੱਗਦਾ ਕਿ ਤੁਹਾਡੇ ਬਾਲੀਵੁੱਡ ਔਰ ਪੋਲੀਵੁੱਡ ਦਾ ਇੰਡਸਟਰੀ ਦੇ ਥੋੜ੍ਹੀ ਜਿਹੀ ਕਹਿ ਲਓ ਕਿ 50 ਪੈਸੇ ਸਿਰਫ ਹੋਲੀਵੁੱਡ ਕੋਲ ਸੀਗਾ ਜਿਹੜੇ ਕਿ ਲੀਡ ਕਲਾਸ ਦੇਖਣ ਜਾਂਦੇ ਸੀ, ਪਰ ਤੁਹਾਡੇ ਦੋਨਾਂ ਦੇ ਵਿੱਚ ਇੱਕ ਸਾਊਥ ਇੰਡਸਟਰੀ ਆ ਕੇ ਖੜੀ ਹੋ ਗਈ, ਜੇ ਪ੍ਰੋਪਰ ਉਹਨੂੰ ਸਕਰੀਨਿੰਗ ਮਿਲ ਰਹੀ ਹੈ, ਪ੍ਰੋਪਰ ਟਾਈਮਿੰਗ ਮਿਲ ਰਹੀ ਹੈ, ਤਾਂ ਇਹਦਾ ਨੁਕਸਾਨ ਦੋਨਾਂ ਇੰਡਸਟਰੀ ਨੂੰ ਹੋਇਆ ਵਾ। ਪੰਜਾਬ ਦੀ ਇੰਡਸਟਰੀ ਨੂੰ ਤਾਂ ਹੋਇਆ ਹੀ ਹੋਇਆ ਲੋਕਲ ਹੁੰਦੇ ਗਾਣੇ ਰੀਜਨਲ ਹੋਣ ਕਰਕੇ, ਬਾਲੀਵੁੱਡ ਵੀ ਨਾਲ ਹੋਇਆ ਕਿ ਉਹਨੂੰ ਵੀ ਪ੍ਰੋਪਰ ਸਕਰੀਨਾਂ ਮਿਲ ਰਹੀਆਂ, ਉਹ ਫਿਲਮਾਂ ਮਿਲੇ, ਭਾਵੇਂ KRK ਲਾ ਲਓ, ਬਾਹੂਬਲੀ ਲਾ
ਲਾ ਲਓ, ਉਹ ਵੀ ਬੈਕ ਟੂ ਬੈਕ ਫਿਲਮਸ ਆ ਰਹੀਆਂ। ਦੇਖੋ ਕੰਟੈਂਟ, ਮੈਂ ਦੱਸਾਂ ਵੀ ਕੰਟੈਂਟ ਚੱਲਦਾ, ਕੋਈ ਹੀਰੋ ਨਹੀਂ ਚੱਲਦਾ, ਕੰਟੈਂਟ ਪਾਵਰਫੁਲ ਹੈ, ਉਹਨੇ ਚੱਲਣਾ ਹੀ ਚੱਲਣਾ, ਜੋ ਮਰਜ਼ੀ ਕਰ ਲਓ ਤੁਸੀਂ। ਸਾਨੂੰ ਆਪਣੇ ਕੰਟੈਂਟ ਹੈ ਬਿਲਕੁਲ ਜੀ। ਦੇਖੋ ਜੇ ਰੋਜ਼ ਦਾਲ ਬਣੀ ਜਾਊਗੀ, ਰੋਜ਼ ਮੂੰਗੀ ਮਸਲੇ ਦਾਲ ਹੀ ਖਾਈ ਜਾਵਾਂਗੇ, ਅੱਜ ਖਾ ਲਾਂਗੇ, ਕੱਲ੍ਹ ਪਰਸੋਂ, ਹਫ਼ਤੇ ਬਾਅਦ ਬੰਦਾ ਕਹੂੰ ਮੈਂ ਭੁੱਖਾ ਰਹਿ ਲੈਣਾ, ਮੈਂ ਨਹੀਂ ਖਾਣੀ। ਇੱਦਾਂ ਹੀ ਫਿਲਮਾਂ ਵਾ ਜੀ, ਇੱਕੋ ਹੀ ਕਲਾਸ ਦੀਆਂ ਫਿਲਮਾਂ ਆਈ ਜਾਣਗੀਆਂ, ਬੰਦਾ ਕਹਿੰਦਾ ਯਾਰ ਉਹੀ ਹੋਣਾ, ਉਹੀ ਪਾਰਾਂ ਦੀ ਪੱਗ ਬੰਨੀ ਆ, ਉਹੀ ਕਮੀਜ਼ ਜੀ ਪਾਈ ਆ, ਹੁਣ ਪਤਾ ਨਹੀਂ ਯਾਰ ਉਹੀ ਪੰਜ ਕਲਾਕਾਰ ਦੇ ਛੇ ਉਹ ਲੈ ਦੇ ਕੇ ਗੱਲ ਉੱਥੇ ਹੀ ਹੋਣੀ ਆ, ਛੱਡੋ ਯਾਰ ਕੀ ਵੇਖਣ ਜਾਣਾ। ਸੋ ਮੈਨੂੰ ਲੱਗਦਾ ਕਿ ਇਹ ਥੋੜ੍ਹਾ ਜਿਹਾ ਸਾਨੂੰ ਮੇਕਰਸ ਨੂੰ ਵੀ ਵੇਖਣਾ ਪੈਣਾ। ਠੀਕ ਹੈ, ਅਤੇ ਸਰ ਜਾਂਦੇ ਮੈਂ ਕਹੂੰਗਾ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕਿਉਂ, ਅਗਰ ਤੁਹਾਡੇ ਨਾਲ ਗੱਲ ਕਰਦੇ ਬਾਅਦ ਦਲਜੀਤ ਬਾਈ ਦੀ ਐਡ ਨਾ ਕਰੀਏ ਤਾਂ ਕੀ ਕਹਿਣਾ ਚਾਹੋਗੇ? ਕੋਚੀਲਾ ਦੇ ਵਿੱਚ ਵੀ ਉਹਨਾਂ ਨੇ ਧਮੂਲ ਮਚਾਤੀ ਹੈ, ਬੈਕ ਟੂ ਬੈਕ ਪਰਫਾਰਮੈਂਸ ਚੱਲ ਰਹੀ ਹੈ, ਅੰਗਰੇਜ਼ ਨਚਾਤੇ ਨੇ, ਕਿੱਦਾਂ ਦੇਖਦੇ ਹੋ? ਤੁਹਾਨੂੰ ਬਹੁਤ ਸਾਰੀ ਕੰਮ ਉਹਨਾਂ ਦੇ ਨਾਲ ਕਰਨ ਦਾ ਮੌਕਾ ਮਿਲਿਆ ਜੀ? ਬਿਲਕੁਲ ਜੀ, ਪੰਜਾਬੀਆਂ ਦੀ ਬੜੀ ਮਤਲਬ ਬੜਾ ਨਾਂ ਉਹਨਾਂ ਨੇ ਕੀਤਾ, ਪੰਜਾਬੀ ਕਮਿਊਨਿਟੀ ਦੀ ਉਹ ਸ਼ਾਨ ਨੇ, ਪੰਜਾਬੀ ਕਮਿਊਨਿਟੀ ਦੀ ਪੱਗ ਨੂੰ ਜਿਹੜੇ ਲੈਵਲ 'ਤੇ ਉਹ ਪ੍ਰਮੋਟ ਕਰ ਗਏ ਨੇ, ਮੈਨੂੰ ਲੱਗਦਾ ਕਿ ਪਰਮਾਤਮਾ ਦੀ ਬੜੀ ਬਖਸ਼ਿਸ਼ ਆ, ਮਾਲਕ ਇੱਦਾਂ ਹੀ ਚੜ੍ਹਦੀ ਕਲਾ 'ਚ ਰੱਖੇ। ਅਪਕਮਿੰਗ ਪ੍ਰੋਜੈਕਟਸ ਕਾਫੀ ਨੇ ਜੀ, ਦਾਸਤਾਨ ਵੀ ਬਹੁਤ ਛੇਤੀ ਆਊਗਾ, ਬੋਤਾ ਸਿੰਘ ਗਰਜਾ ਸਿੰਘ ਦੀ ਤਿਆਰੀ ਹੈ, ਔਰ ਬੰਬੂਕਾ 2 ਵੀ ਭਾਅ ਜੀ ਉਹਨਾਂ ਦਾ ਪਰਸੋਂ ਚੌਥੇ ਗੱਲ ਹੋਈ, ਉਹ ਵੀ ਸ਼ੁਰੂ ਹੋਣ ਲੱਗੀ ਹੈ, ਬੈਕ ਟੂ ਬੈਕ ਅੱਗੇ 2-3 ਜੰਜੋਤ ਦੀਆਂ ਫਿਲਮਾਂ ਵੀ ਨੇ, ਤਾਂ ਬਹੁਤ ਛੇਤੀ ਤੁਹਾਨੂੰ ਕਹਿਣਾ ਚਾਹੋਗੇ? ਫਾਈਨਲੀ ਜਾਂਦੇ ਦਰਸ਼ਕ, ਫਾਈਨਲੀ ਜੀ ਬਸ ਇਹੀ ਕਿ 5 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖੋ ਜੱਟਾ ਡੋਲੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈ ਇਸ ਟਾਈਮ ਸੰਨੀ ਗਿੱਲ ਜੀ, ਜਿਨ੍ਹਾਂ ਨੇ ਮੂਵੀ ਦੇ ਵਿੱਚ ਇੱਕ ਗੱਤਕਾ ਟੀਚਰ ਦਾ ਰੋਲ ਕਿਦਾ ਜਿਹੜਾ ਵਾ ਅਦਾ ਕੀਤਾ ਵਾ, ਅਤੇ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਵੈਲਕਮ ਲੁਧਿਆਣਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਸਰ, ਖੂਬਸੂਰਤ ਮੂਵੀ ਲੈ ਕੇ ਆ ਰਹੇ ਹੋ ਜੱਟਾ ਡੋਲੀ ਨਾਲ, ਕਿਸਦਾ ਦੀ ਕਿਰਦਾਰ ਹੈ, ਕਿੱਦਾਂ ਦੀ ਕਹਾਣੀ ਹੈ, ਕਿਸ ਬੇਸ 'ਤੇ ਉੱਪਰ ਤਿਆਰ ਕੀਤੀ ਗਈ ਹੈ? ਇਹ ਜਿਹੜੀ ਫਿਲਮ ਹੈ, ਫਸਟ ਟਾਈਮ ਪੰਜਾਬੀ ਫਿਲਮਾਂ 'ਚ ਮੈਂ ਕਹਾਂਗਾ ਕਿ ਗੱਤਕੇ ਨੂੰ ਬੇਸ ਰੱਖ ਕੇ ਇਹ ਸਟੋਰੀ ਬਣਾਈ ਗਈ ਹੈ, ਲੇਕਿਨ ਇਹ ਸੋਸ਼ਲ ਮੂਵੀ ਹੈ, ਇਹ ਕੋਈ ਇਤਿਹਾਸਿਕ ਜਾਂ ਕੋਈ ਪੁਰਾਣੀ ਹਿਸਟੋਰੀਕਲ ਫਿਲਮ ਨਹੀਂ ਹੈ ਜੀ। ਅਤੇ ਗੱਤਕੇ ਨੂੰ ਬੇਸ ਲੈ ਕੇ ਅਤੇ ਕਿਵੇਂ ਪਿਆਰ ਜਿੱਤਿਆ ਜਾਂਦਾ ਜਾਂ ਜਨੂਨ ਹੈਗਾ ਇੱਕ ਹੀਰੋ ਦਾ, ਅਤੇ ਸੋਸ਼ਲ ਸਟੋਰੀ ਹੈ, ਅਤੇ ਕੋਈ ਇਹਦੇ 'ਚ ਮਤਲਬ ਉਹ ਦੂਸਰਾ ਕੰਮ ਨਹੀਂ ਹੈਗਾ, ਬਲਕਿ ਫੈਮਿਲੀ ਸਟੋਰੀ ਹੈ, ਅਤੇ ਪਰਿਵਾਰਾਂ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ, ਅਤੇ ਇਹਦੇ ਵਿੱਚ ਮੈਸੇਜ ਇਹੀ ਹੈ ਜੀ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਆਪਣਾ ਸੱਭਿਆਚਾਰ ਤੋਂ ਦੂਰ ਹੋ ਰਹੇ ਆ, ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਗੱਤਕਾ, ਕਿਉਂਕਿ ਅੱਜ ਕੱਲ੍ਹ ਗੱਤਕਾ ਜਿਹੜਾ ਬੜਾ ਕੰਪੈਟੀਟਿਵ ਹੋ ਗਿਆ, ਓਲੰਪਿਕਸ ਤੱਕ ਪਹੁੰਚ ਗਿਆ, ਅਤੇ ਇਹਦੇ ਵਿੱਚ ਵੀ ਤੁਸੀਂ ਅਚੀਵਮੈਂਟ ਕਰ ਸਕਦੇ ਹੋ, ਮੈਡਲ ਲੈ ਸਕਦੇ ਹੋ, ਅਤੇ ਨਾਲੇ ਇੱਕ ਸੈਲਫ ਡਿਫੈਂਸ ਲਈ ਵੀ ਲੋੜ ਹੈ, ਜੋ ਅੱਜ ਕੱਲ੍ਹ ਦੇ ਹਾਲਾਤ ਹੈ, ਸਾਨੂੰ ਸੈਲਫ ਡਿਫੈਂਸ ਬਹੁਤ ਜ਼ਰੂਰੀ ਹੈ, ਆਉਣੀ ਚਾਹੀਦੀ ਹੈ, ਅਤੇ ਬੱਚਿਆਂ ਨੂੰ ਇਹ ਲੋੜ ਹੈ ਗੱਤਕੇ ਦੀ। ਸੋ ਗੱਤਕੇ ਨੂੰ ਰੱਖ ਕੇ ਬੇਸ ਉਸਦੇ ਇਰਦ ਗਿਰਦ ਫਿਲਮ ਜਿਹੜੀ ਹੈ ਨਜ਼ਰ ਆਏਗੀ ਸਾਰੇ ਆਡੀਅੰਸ ਨੂੰ? ਬਿਲਕੁਲ ਬਿਲਕੁਲ, ਕਿਉਂਕਿ ਵੈਸੇ ਸਾਰਾ ਕੁਛ ਇਹਦੇ 'ਚ ਹੈਗਾ, ਜੋ ਪਰਿਵਾਰ ਹੁੰਦਾ ਜਾਂ ਲੜਾਈਆਂ ਤੜਾਈਆਂ ਆਪਸ ਸਭ ਕੁਛ ਹੁੰਦਾ, ਸਭ ਕੁਛ ਹੈ, ਲੇਕਿਨ ਉਹਨਾਂ ਨੂੰ ਇੱਕ ਕੜੀ ਜਿਹੜੀ ਜੋੜਦੀ ਹੈ ਉਹ ਗੱਤਕਾ। ਮੂਵੀ ਦੇ ਵਿੱਚ ਕਾਸਟ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਇਲਾਵਾ? ਹਾਂਜੀ, ਇੱਕ ਮਤਲਬ ਹੀਰੋ ਆਪਣੇ ਹੈਗੇ ਕਿਰਨਦੀਪ ਰਿਆਤ ਹੈ ਦਿੱਲੀ ਤੋਂ, ਮਤਲਬ ਬਹੁਤ ਹੋਣਹਾਰ ਮੁੰਡਾ, ਫਰੈਸ਼ ਹੈ, ਅਤੇ ਪ੍ਰਭ ਗਰੇਵਾਲ ਹੀਰੋਇਨ ਦਾ ਰੋਲ ਕਰ ਰਹੇ, ਉਹ ਤੁਹਾਨੂੰ ਸਾਰੇ ਜਾਣਦੇ ਹੀ ਹੋ, ਅਤੇ ਬਾਕੀ ਫਾਦਰ ਸਾਹਿਬ ਜਿਹੜੇ ਹੀਰੋ ਦੇ ਉਹ ਆਪਣੇ ਬਹੁਤ ਪੁਰਾਣੇ ਬੰਦੇ, ਆਪਣਾ ਜਰਨੈਲ ਭਾਅ ਜੀ ਜਰਨੈਲ ਸਿੰਘ ਹੈਗੇ, ਅਤੇ ਬਾਕੀ ਗੁਰੂ ਦਾ ਉਸਤਾਦ ਦਾ ਕਿਰਦਾਰ ਮੇਰਾ, ਪ੍ਰਭ ਗਰੇਵਾਲ ਦੇ ਪੇਰੈਂਟਸ ਜਿਹੜੇ ਹੈ ਉਹ ਸ਼ਵਿੰਦਰ ਮਾਹਲ ਜੀ ਅਤੇ ਸੰਤੋਸ਼, ਅਤੇ ਜਿਹੜਾ ਹੀਰੋ ਦੀ ਮਦਰ ਹੈ ਉਹ ਤੇਜਿੰਦਰ ਗਿੱਲ, ਅਤੇ ਇਹ ਸਾਰੇ ਕਲਾਕਾਰ ਤੁਹਾਨੂੰ ਪੁਰਾਣੇ ਵੀ ਹੈ ਨਵੇਂ ਵੀ ਹੈ, ਅਤੇ ਬਹੁਤ ਅੱਛਾ ਇੱਕ ਮਿਸ਼ਰਣ ਬਣਿਆ ਹੈਗਾ ਫਿਲਮ ਦੇ ਰੂਪ 'ਚ।
ਵੀ ਗਤਕਾ ਇਹ ਜਿਹੜਾ ਮੇਨ ਲੀਡ ਰੋਲ 'ਤੇ ਆ ਆਰਟਿਸਟ ਹੈਗੇ ਉਹ ਕਰਦੇ ਨਜ਼ਰ ਆਉਣਗੇ ਇਸ ਫਿਲਮ ਦੇ ਵਿੱਚ? ਹਾਂ ਬਿਲਕੁਲ ਬਿਲਕੁਲ, ਕਿਉਂਕਿ ਉਹ ਗਤਕੇ ਦਾ ਕੋਈ ਗੇਮ ਹੀ ਸਾਰੀ ਗਤਕੇ 'ਤੇ ਹੈ ਨਾ, ਅਤੇ ਉਹ ਕਿਵੇਂ ਸਿੱਖਦਾ ਮੇਰੇ ਤੋਂ, ਕਿੰਨੀ ਉਹ ਹਾਰਡ ਵਰਕ ਕਰਦਾ, ਮਤਲਬ ਜਨੂਨੀਅਤ ਤੋਂ ਐਂ ਉਹਦੇ ਸਵਾਰ ਹੁੰਦੀ ਹੈ ਵੀ ਮੈਂ ਸਿੱਖਣਾ ਹੀ ਸਿੱਖਣਾ ਜੀ, ਅਤੇ ਮੁੜ ਕੇ ਉਹ ਕੰਪਟੀਸ਼ਨ ਜਾ ਕੇ ਹਾਰਦੇ ਹਾਰਦੇ ਫਿਰ ਜਿੱਤਦਾ ਉਹ, ਅਤੇ ਉਹ ਸਾਰਾ ਉਹਦੇ 'ਤੇ ਹੈ ਵੀ ਗਤਕਾ ਉਹਨੂੰ ਟ੍ਰੇਨਿੰਗ ਕੌਣ ਦਿੰਦਾ ਉਹ ਮੈਂ ਦਿੰਦਾ, ਬਾਕੀ ਜਿਹੜੇ ਸਾਰੇ ਕੰਪੀਟੀਟਿਵ ਹੁੰਦੇ ਉਹਦੇ ਉਹ ਆਲਰੇਡੀ ਇੱਥੋਂ ਦੇ ਹੁੰਦੇ ਆ, ਉਹ ਗਤਕੇ ਦੇ ਮਾਸਟਰ ਹੁੰਦੇ ਆ, ਅਤੇ ਉਹ ਨਵਾਂ ਹੁੰਦਾ ਲੇਕਿਨ ਉਹ ਸਿੱਖਦਾ ਅਤੇ ਸਿੱਖ ਕੇ ਕਿਵੇਂ ਜਿੱਤਦਾ ਇਹ ਸਾਰੀ ਸਟੋਰੀ। ਅੱਛਾ, ਲਾਈਫ ਦੇ ਵਿੱਚ ਤੁਹਾਡੇ ਦੋਨਾਂ ਨੇ ਪਹਿਲਾਂ ਕਦੇ ਗਤਕਾ ਕੀਤਾ? ਨਹੀਂ, ਉਹ ਤਾਂ ਸਗੋਂ ਉਹ ਗਤਕਾ ਨੂੰ ਜਾਣਦਾ, ਉਹ ਫਿਲਮ ਤੋਂ ਪਹਿਲੇ ਵੀ ਉਹ ਗਤਕਾ ਨੂੰ ਆਉਂਦਾ ਹੈਗਾ, ਮੇਰੇ ਲਈ ਨਵੀਂ ਚੀਜ਼ ਸੀ। ਮੈਂ ਕਿਰਦਾਰ ਬਹੁਤ ਕੀਤੇ ਹੈ ਪਰ ਇਹ ਮੇਰੇ ਬਹੁਤ ਦਿਲ ਦੇ ਨੇੜੇ ਆ ਕਿਉਂਕਿ ਮੈਨੂੰ ਗਤਕਾ ਆਉਂਦਾ ਨਹੀਂ ਸੀਗਾ, ਲੇਕਿਨ ਮੈਂ ਮਤਲਬ ਬੜੀ ਫਨੀ ਜਿਹੀ ਸਿਚੁਏਸ਼ਨ ਸੀ ਕਿ ਮੈਂ ਉਹਦੇ ਤੋਂ ਹੀ ਪਹਿਲੇ ਗਤਕਾ ਸਿੱਖ ਕੇ ਮੁੜ ਕੇ ਉਹਨੂੰ ਹੀ ਗਤਕਾ ਸਿਖਾਉਣਾ ਹੁੰਦਾ, ਅਤੇ ਕਈ ਵਾਰੀ ਆਪਾਂ ਬਹੁਤ ਹੱਸ ਪੈਂਦੇ ਸੀਗੇ ਵੀ ਮੈਂ ਵੀ ਆਹ ਦੇਖ ਲਾ ਵੀ ਕਿਹੋ ਜਿਹਾ ਉਸਤਾਦ ਹੈ, ਹੈਂ, ਅਤੇ ਮਤਲਬ ਇਹੋ ਜਿਹਾ ਚਲੋ ਹੈਗਾ ਸਟੋਰੀ। ਸੋ ਇਹ ਬਹੁਤ ਫਨੀ ਮੂਵਮੈਂਟ ਤੁਹਾਡੇ ਲਈ ਗਿਆ ਕਿਉਂਕਿ ਪਹਿਲਾਂ ਜਿਹਨੂੰ ਟੀਚਰ ਬਣਾਇਆ ਪਹਿਲਾਂ ਉਹਨੂੰ ਆਪ ਹੀ ਸਿੱਖਣਾ ਪਿਆ ਫਿਰ ਉਹਨੂੰ ਮੂਵੀ ਦੇ ਵਿੱਚ ਸਿਖਾਉਣਾ। ਚਲੋ ਇਹ ਵੀ ਬਹੁਤ ਵੱਡੀ ਗੱਲ, ਔਖਾ ਲੱਗਿਆ ਤੁਹਾਨੂੰ ਉਸ ਟਾਈਮ ਦੇ ਵਿੱਚ? ਕਿਉਂਕਿ ਨਹੀਂ ਕਈ ਵਾਰ, ਹਾਂ ਕਿਉਂਕਿ ਗਤਕਾ ਦੇਖੋ ਪੂਰਾ ਤੁਹਾਨੂੰ ਐਕਸ਼ਨ ਚੜਾ, ਮੂਵਮੈਂਟ ਫਾਸਟ ਚਾਹੀਦੀ ਹੈ ਨਾ, ਸਾਰਾ ਕੁਝ ਚਾਹੀਦਾ, ਅਤੇ ਮਤਲਬ ਮੇਰਾ ਤਾਂ ਮੈਂ ਵੀ ਕੀਤੀ ਆ, ਅਤੇ ਚਲੋ ਮੇਰਾ ਤਾਂ ਫਲ ਸਾਹਮਣੇ ਨਜ਼ਰ ਆਇਆ, ਬੜਾ ਅੱਛਾ ਲੱਗਿਆ ਮੈਂ ਦੇਖ ਕੇ ਸਾਰਾ ਕੁਝ, ਅਤੇ ਚਲੋ ਅੱਗੇ ਤੋਂ ਵੀ ਗਤਕਾ ਸਿੱਖ ਹੀ ਲਵਾਂਗੇ ਆਪਾਂ। ਔਰ ਅਪਕਮਿੰਗ ਪ੍ਰੋਜੈਕਟਸ ਕੀ ਹੈਗੇ ਨੇ? ਮੇਰੇ ਆਉਣ ਵਾਲੇ ਹੈਗੇ ਮਤਲਬ ਪੰਜਾਬੀ ਫਿਲਮਾਂ ਵੀ ਹੈਗੀਆਂ, ਬਾਲੀਵੁੱਡ ਦੀਆਂ ਫਿਲਮਾਂ ਵੀ ਆ ਰਹੀਆਂ, ਇੱਕ ਜਿਹੜੀ ਜਸਵੰਤ ਖਾਲੜਾ ਦੇ ਫਿਲਮ ਬਣੀ ਹੈ ਦਲਜੀਤ ਦੋਸਾਂਝ ਨੂੰ ਲੈ ਕੇ, ਉਹਦੇ ਵਿੱਚ ਮੇਰਾ ਇੱਕ ਕਿਰਦਾਰ ਹੈਗਾ ਚੀਫ ਮਿਨਿਸਟਰ ਆਪਣਾ ਹਰਚਰਨ ਸਿੰਘ ਬਰਾੜ ਜਿਹੜਾ ਬੇਅੰਤ ਤੋਂ ਬਾਅਦ ਬਣੇ ਸੀਗੇ, ਉਹਦਾ ਮੇਰਾ ਕਿਰਦਾਰ ਹੈਗਾ, ਉਹ ਦੇਖੋ ਅਗਲੇ ਸਾਲ ਹੁਣ ਰਿਲੀਜ਼ ਹੋਏਗੀ। ਕੌਣ ਕੌਣ ਉਹਦੇ 'ਚ ਆਰਟਿਸਟ ਹੈ? ਅਤੇ ਕਿਹਦੇ 'ਚ? ਉਹ ਖਾਲੜੇ ਵਾਲੀ ਫਿਲਮ 'ਚ ਉਹਦੇ ਦਲਜੀਤ ਦੋਸਾਂਝ ਮੇਨ ਹੈ, ਬਾਕੀ ਅਰਜੁਨ ਰਾਮਪਾਲ ਹੈਗਾ, ਕਮਲਜੀਤ ਜੀ ਹੈਗੇ ਉਹ ਜਿਹੜਾ ਉਹ ਕਰ ਰਹੇ ਹੈ, ਅਤੇ ਬਾਕੀ ਹੋਰ ਵੀ ਕਾਸਟ ਹੈਗੀ ਕਾਫੀ, ਬੰਬੇ ਤੋਂ ਵੀ ਹੈਗੀ, ਇੱਥੋਂ ਵੀ ਹੈਗੀ ਹੈ, ਪਰ ਓਵਰਆਲ ਫਿਲਮ ਬਹੁਤ ਅੱਛੀ ਬਣੀ ਹੈ। ਬਾਕੀ ਇੱਕ ਹਿਊਮਾ ਕੁਰੈਸ਼ੀ ਨਾਲ ਫਿਲਮ ਆ ਰਹੀ ਹੈ ਸਿੰਗਲ ਸਲਮਾ, ਉਹ ਹਲਕੀ ਫੁਲਕੀ ਫਿਲਮ ਹੈ, ਕਾਮੇਡੀ ਹੈ, ਅਤੇ ਇੱਕ ਬੰਦਾ ਫਿਲਮ ਆ ਰਹੀ ਹੈ, ਅਤੇ ਇੱਕ ਦੋ ਫਿਲਮਾਂ ਹੋਰ ਹੈਗੀਆਂ, ਬਾਕੀ ਪੰਜਾਬੀ ਫਿਲਮਾਂ ਮਿਲੀ ਇੱਕ ਦੋ ਆ ਰਹੀਆਂ ਅਗਲੇ ਸਾਲ। ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਆਡੀਅੰਸ ਨੂੰ? ਮਤਲਬ ਆਡੀਅੰਸ ਨੂੰ ਤਾਂ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਦੇਖੋ ਅੱਛੀਆਂ ਫਿਲਮਾਂ ਬਣ ਰਹੀਆਂ, ਬਣਦੀਆਂ ਰਹਿਣਗੀਆਂ, ਬਟ ਇਹ ਵੀ ਤੁਹਾਡਾ ਹੁੰਗਾਰਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਅੱਗੇ ਤੋਰਨ ਲਈ। ਜਦੋਂ ਤੁਸੀਂ ਆਓਗੇ, ਦੇਖੋਗੇ, ਫਿਲਮ ਕੁਛ ਕਮਾਏਗੀ, ਅਤੇ ਫਿਰ ਅੱਛੀਆਂ ਫਿਲਮਾਂ ਹੋਰ ਬਣਨਗੀਆਂ। ਸੋ ਮੈਂ ਇਹ ਹੀ ਕਹੂੰਗਾ ਵੀ ਚਲੋ ਫਿਲਮਾਂ ਸਾਰੀਆਂ ਦੇਖੋ, ਬਟ ਉਹ ਇੱਕੇ ਤਰ੍ਹਾਂ ਦਾ ਜਿਹੜਾ ਜੋਨਰ ਸੀਗਾ ਕਾਮੇਡੀ ਉਹ ਥੋੜ੍ਹਾ ਜਿਹਾ ਟੁੱਟ ਰਿਹਾ, ਕਿਉਂ ਲੋਕ ਅੱਕ ਗਏ ਆ ਦੇਖ ਕੇ। ਸੋ ਇਹੋ ਜਿਹੀਆਂ ਫਿਲਮਾਂ ਨੂੰ ਤੁਸੀਂ ਜ਼ਰੂਰ ਹੁੰਗਾਰਾ ਦਿਓ, ਪਰਿਵਾਰ ਸਮੇਤ ਦੇਖੋ, ਬੱਚਿਆਂ ਨੂੰ ਜ਼ਰੂਰ ਦਿਖਾਓ। ਥੈਂਕ ਯੂ ਭਾਈ, ਥੈਂਕ ਯੂ, ਥੈਂਕ ਯੂ। ਸਾਡੇ ਨਾਲ ਗੱਲ ਕਰਨ ਮੌਜੂਦ ਹੈਗੇ ਨੇ ਕਿਰਨਦੀਪ ਜੀ, ਅਤੇ ਆਓ ਫਿਰ ਸਵਾਗਤ ਕਰਦੇ ਹਾਂ। ਉਹ ਜਾਣਦੇ ਹਾਂ ਮੂਵੀ ਦੇ ਨਾਲ ਨਾਲ ਕੀ ਕੁਝ ਖਾਸ ਲੈ ਕੇ ਆਏ ਨੇ, ਕੀ ਫਿਲਮ ਦੇ ਵਿੱਚ ਕਿਰਦਾਰ ਹੈ ਇਹਨਾਂ ਦਾ, ਅਤੇ ਉਹ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਕਿਰਨਦੀਪ ਰਾਇਤ, ਅਤੇ ਅਸੀਂ 5 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੈ ਕੇ ਆ ਰਹੇ ਹਾਂ। ਫਿਲਮ ਦਾ ਨਾਂ ਹੈ ਜੱਟਾ ਡੋਲੀਨਾ, ਅਤੇ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ। ਐਕਸ਼ਨ ਵਾਲਾ ਪਾਰਟ ਜਿਹੜਾ ਉਹ ਗਤਕੇ ਤੋਂ ਆਉਂਦਾ, ਜਿਹੜੀ ਸਾਡੀ ਰਵਾਇਤੀ ਖੇਡਾਂ ਨੇ, ਅਤੇ ਉਹਨੂੰ ਅਸੀਂ ਬਹੁਤ ਬਾਖੂਬੀ ਕੋਸ਼ਿਸ਼ ਕੀਤੀ ਹੈ ਇੱਕ ਲਵ ਸਟੋਰੀ ਦੇ ਵਿੱਚ ਪਰੋਣ ਦੀ, ਜਿਹਦੇ ਨਾਲ ਕਿਸੇ ਦੀ ਵੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਕਿ ਗਤਕੇ ਦੀ ਮਰਿਆਦਾ ਵੀ ਜਿਹੜੀ ਉਹ ਵੀ ਕਿਸੇ ਨੂੰ ਠੇਸ ਨਾ ਪਹੁੰਚੇ, ਅਤੇ
ਬਹੁਤ ਐਂਟਰਟੇਨਿੰਗ ਔਰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਹੋ ਗਈ ਹੈ ਫਿਲਮ ਜੀ। ਹਾਂਜੀ ਸਰ, ਕਿੱਦਾਂ ਸਕ੍ਰਿਪਟ ਟੇਬਲ ਤੱਕ ਪਹੁੰਚੀ, ਟੇਬਲ ਤੋਂ ਤੁਹਾਡੇ ਤੋਂ ਸਾਰੇ ਕਾਸਟ ਤੱਕ ਪਹੁੰਚੀ ਹੈ? ਬਾਈ ਜੀ, ਐਕਚੁਲੀ ਨਾ ਪੁੱਠੇ ਪਾਸੇ ਤੁਰੀ ਸੀ ਜੀ। ਸਭ ਤੋਂ ਪਹਿਲਾਂ ਮੈਂ ਇੰਸਪਾਇਰ ਹੋਇਆ ਸੀ ਜ਼ਿੰਦਗੀ 'ਚ ਗੱਤਕਾ ਸਿੱਖਣ ਲਈ। ਮੈਂ ਕਿਸੇ ਨੂੰ ਇੱਕ ਕੁੜੀ ਹੈਗੀ ਸੀ, ਉਹ ਅਖਾੜੇ ਦੇ ਵਿੱਚ ਤਿੰਨ ਮੁੰਡਿਆਂ ਦਾ ਮੁਕਾਬਲਾ ਕਰ ਰਹੀ ਸੀ ਢਾਲਕਰ ਪਾਂਚ 'ਚ, ਅਤੇ ਉੱਥੋਂ ਮੈਂ ਇੰਸਪਾਇਰ ਹੋਇਆ ਕਿ ਸਾਨੂੰ ਗੱਤਕਾ ਸਿੱਖਣਾ ਚਾਹੀਦਾ। ਅਤੇ ਜਿਵੇਂ ਜਿਵੇਂ ਗੱਤਕਾ ਸਿੱਖਿਆ, ਜਿਵੇਂ ਜਿਵੇਂ ਉਹਦੇ ਅੱਗੇ ਵਧੇ, ਤਾਂ ਮੈਨੂੰ ਲੱਗਿਆ ਕਿ ਯਾਰ ਗੱਤਕਾ ਹੋਰ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ। ਅਤੇ ਕਿਉਂਕਿ ਅਸੀਂ ਫਿਲਮ ਇੰਡਸਟਰੀ ਨੂੰ ਬਿਲੋਂਗ ਕਰਦੇ ਹਾਂ, ਤਾਂ ਮੈਨੂੰ ਸੀਗਾ ਕਿ ਯਾਰ ਕੋਈ ਇਹੋ ਜਿਹੀ ਫਿਲਮ ਬਣਾਈਏ ਕਿ ਜਿਹੜੀ ਇੱਕ ਐਂਟਰਟੇਨਿੰਗ ਵੇ ਦੇ ਵਿੱਚ ਲੋਕਾਂ ਨੂੰ ਇੰਸਪਾਇਰ ਕਰੇ। ਤਾਂ ਇਸ ਕਰਕੇ ਫਿਰ ਮੈਂ ਇਹਦਾ ਕੰਸੈਪਟ ਸਟੋਰੀ ਲਿਖਿਆ, ਲੈ ਕੇ ਫਿਰ ਮੈਂ ਇੰਡਸਟਰੀ ਤੱਕ ਪਹੁੰਚਿਆ ਜੀ। ਅਤੇ ਜਦੋਂ ਤੁਸੀਂ ਇੰਡਸਟਰੀ 'ਤੇ ਪਹੁੰਚੇ, ਕਿੱਦਾਂ ਕਿਰਦਾਰ ਫਾਈਨਲ ਹੋਏ ਸਾਰੇ ਦੇ ਸਾਰੇ, ਜਿਵੇਂ ਤੁਹਾਡੇ ਗੱਤਕਾ ਸਨੀ ਗਿੱਲ ਜੀ ਹੋ ਗਏ ਨੇ, ਜਰਨੈਲ ਸਿੰਘ ਜੀ? ਬਾਈ ਜੀ, ਜਦੋਂ ਮੈਂ ਇਸ ਜਿਹੜੀ ਟੀਮ ਇਸ ਫਿਲਮ ਨਾਲ ਹੁਣ ਜੁੜੀ ਹੋਈ ਆ, ਉਸ ਟੀਮ ਨੂੰ ਮਿਲਣ ਤੋਂ ਪਹਿਲਾਂ ਮੈਂ ਇੰਡਸਟਰੀ ਦੇ ਵਿੱਚ ਹੋਰ ਲੋਕਾਂ ਕੋਲ ਗਿਆ, ਜਿਹੜੇ ਵੱਡੇ ਕਹਿੰਦੇ ਕਹਾਉਂਦੇ ਲੋਕ ਆ, ਅਤੇ ਉਹਨਾਂ ਨੇ ਮੈਨੂੰ ਜਿਹੜਾ ਉਹ ਕਾਫੀ ਨਕਾਰ ਦਿੱਤਾ ਇਸ ਟੋਪਿਕ ਨੂੰ ਲੈ ਕੇ। ਕਾਫੀ ਓਪੋਜੀਸ਼ਨ ਉਹਨੇ ਮੈਨੂੰ ਕਿਹਾ, ਨੈਗੇਟਿਵ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਗਲਤ ਟੋਪਿਕ ਚੂਜ਼ ਕਰ ਲਿਆ, ਗੱਤਕਾ ਕੌਣ ਖੇਡਦਾ, ਕੌਣ ਦੇਖਦਾ, ਤੁਹਾਡੀ ਫਿਲਮ ਕਿਹਨੇ ਦੇਖਣੀ ਆ, ਫਲਾਣਾ ਟਮਕਾਣਾ। ਅਤੇ ਮਨ ਕਈ ਵਾਰੀ ਹੋਇਆ, ਮੈਂ ਕਿਹਾ ਯਾਰ ਕਿਤੇ ਮੈਂ ਗਲਤ ਤਾਂ ਨਹੀਂ ਸੋਚਦਾ ਪਿਆ। ਫਿਰ ਅਸੀਂ ਕਰਦੇ ਕਰਾਉਂਦੇ ਅਸੀਂ ਜਰਨੈਲ ਸਿੰਘ ਭਾਅ ਜੀ ਜਿਹੜੀ ਟੀਮ ਆ ਉਹਨਾਂ ਕੋਲ ਪਹੁੰਚੇ ਆਪਾਂ, ਅਤੇ ਉਹ ਆਪ ਵੀ ਗੱਤਕੇ ਦੇ ਖਿਡਾਰੀ ਨੇ। ਫਿਰ ਮੈਂ ਕਹਿੰਦੇ ਹਾਂ ਕਿ ਫਿਰ ਇੱਦਾਂ ਹੀ ਗੱਲ ਹੋਈ ਕਿ ਸ਼ੇਰ ਨਾਲ ਗੱਲ ਖਤਮ ਕਰਦਾ, ਹਮ ਤੋ ਚਲੇ ਥੇ ਮੰਜ਼ਿਲ ਕੇ ਜਾਨਬ, ਹਮ ਤੋ ਬੜ ਚਲੇ ਥੇ ਮੰਜ਼ਿਲ ਕੇ ਜਾਨਬ, ਹਮ ਸਫ਼ਰ ਮਿਲਤੇ ਗਏ ਕਾਫਿਲਾ ਬਣਤਾ ਗਿਆ। ਤਾਂ ਇੱਦਾਂ ਕਰਦੇ ਕਰਾਉਂਦੇ ਅਸੀਂ ਇਸ ਟੀਮ 'ਤੇ ਪਹੁੰਚੇ। ਉਹਦੀ ਨੀਂਵ ਜਿਹੜੀ ਹੈ ਮੈਂ ਸਮਝਦਾ ਜਰਨੈਲ ਭਾਅ ਜੀ ਦੇ ਥਰੂ ਹੀ ਜਾਈ ਹੈ ਜੀ। ਅੱਛਾ, ਕਿਉਂਕਿ ਨਾ ਜਦੋਂ ਆਪਾਂ ਗੱਲਾਂ ਕਰਦੇ ਹਾਂ ਉਹ ਗੱਲ ਵੱਖਰੀ ਹੁੰਦੀ, ਪਰ ਬਹੁਤ ਸਾਰਾ ਹੋਮਵਰਕ ਪਰਸਨਲੀ ਕਰਨਾ ਪੈਂਦਾ ਆਪਣੀ ਫਿਜ਼ਿਕਸ ਨੂੰ ਲੈ ਕੇ, ਔਰ ਜਿਸ ਕਿਰਦਾਰ ਦੇ ਵਿੱਚ ਹੈ ਉਹ ਆਡੀਅੰਸ ਦੇ ਨਾਲ ਨਾਲ ਬੱਚਿਆਂ ਦੇ ਯੂਥ ਜਿਹੜਾ ਹੈਗਾ ਬਹੁਤ ਪੈਣੀ ਨਜ਼ਰ ਰੱਖਦਾ ਹਰ ਚੀਜ਼ ਦੇ ਨਾਲ, ਕਿਉਂਕਿ ਚੀਜ਼ਾਂ ਬਹੁਤ ਨੇ। ਉਹ ਤੁਹਾਡੇ ਜਿਹੜੀ ਟੋਪਿਕ ਜਾਂ ਜਿਹੜੀ ਥੀਮ ਤੁਸੀਂ ਚੁਣੀ ਹੈ ਉਸ ਰਿਲੇਟਿਡ ਬਹੁਤ ਸਾਰੇ ਲੋਕ ਇੰਡਸਟਰੀ ਦੇ ਵਿੱਚ ਨੇ ਜਾਂ ਪਰਸਨਲੀ ਪ੍ਰੋਫੈਸ਼ਨਲੀ ਟੀਚਰਸ ਹੋਰ ਸਾਰੇ ਨੇ, ਅਤੇ ਬਹੁਤ ਪੈਣੀ ਨਜ਼ਰ ਰੱਖਣੀ ਪੈਂਦੀ ਹੈ, ਬਹੁਤ ਤਰੀਕੇ ਨਾਲ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ, ਔਰ ਖੁਦ ਐਕਸ਼ਨ ਸੀਨ ਇੱਦਾਂ ਦੇ ਨੇ ਜਿਹੜੇ ਕਿ ਵਾਕਈ ਲੱਗੇ ਕਿ ਯਾਰ ਇਹ ਐਕਸ਼ਨ ਹੀਰੋ ਹੈਗਾ ਵੈ। ਕਿੰਨਾ ਕੁ ਹੋਮਵਰਕ ਕਰਨਾ ਪਿਆ ਭਾਅ ਜੀ? ਗੱਤਕਾ ਮੈਂ ਪ੍ਰੋਫੈਸ਼ਨਲੀ ਟ੍ਰੇਨਡ ਹੈਗਾ ਗੱਤਕੇ ਦੇ ਵਿੱਚ, ਪਹਿਲੀ ਗੱਲ। ਲੇਕਿਨ ਜਦੋਂ ਅਸੀਂ ਕੋਈ ਵੀ ਚੀਜ਼ ਜਿਹੜੀ ਹੈ ਉਹਨੂੰ ਅਸੀਂ ਫਿਲਮ ਦੇ ਪਰਦੇ 'ਤੇ ਲੈ ਕੇ ਆਉਣਾ ਚਾਹੁੰਦੇ ਹਾਂ, ਉਹਦਾ ਇੱਕ ਦਿਖਾਉਣ ਦਾ ਉਹਨੂੰ ਫਿਲਮਾਉਣ ਦਾ ਤਰੀਕਾ ਨਜ਼ਰੀਆ ਬਦਲ ਜਾਂਦਾ ਹੁੰਦਾ। ਸਭ ਤੋਂ ਵੱਡੀ ਦਿੱਕਤ ਸਾਡੇ ਮੂਹਰੇ ਇਹ ਆਈ ਕਿ ਗੱਤਕੇ ਦੇ ਉੱਤੇ ਬਣੀ ਅੱਜ ਤੱਕ ਦੀ ਪਹਿਲੀ ਫਿਲਮ ਹੈ, ਜਿਸ ਕਰਕੇ ਅਸੀਂ ਜਦੋਂ ਇਹਦਾ ਐਕਸ਼ਨ ਕਰਨਾ ਸੀਗਾ ਅਤੇ ਐਕਸ਼ਨ ਡਾਇਰੈਕਟਰ ਲੈਣਾ ਪੈਂਦਾ, ਅਸੀਂ ਉਹਨਾਂ ਨੂੰ ਸੱਦਿਆ, ਤਿੰਨ ਚਾਰ ਬੰਦਿਆਂ ਨੂੰ ਸੱਦਿਆ, ਇੱਕ ਜਿਹਨਾਂ ਨੂੰ ਅਸੀਂ ਫਾਈਨਲ ਕੀਤਾ, ਉਹ ਕਹਿੰਦੇ ਯਾਰ ਗੱਲ ਇੱਦਾਂ ਹੈਗੀ ਹੈ ਕਿ ਮੈਂ ਐਕਸ਼ਨ ਡਾਇਰੈਕਟਰ ਤਾਂ ਹੈਗਾ ਪਰ ਮੈਂ ਗੱਤਕੇ ਵਾਲੀ ਫਿਲਮ ਕਦੀ ਐਕਸ਼ਨ ਡਾਇਰੈਕਟ ਕੀਤੀ ਨਹੀਂ ਹੈ ਕਿਉਂਕਿ ਬਣੀ ਪਹਿਲੀ ਵਾਰੀ ਹੈ। ਫਿਰ ਸਾਡੇ ਮੂਹਰੇ ਦਿੱਕਤ ਆਈ ਕਿ ਯਾਰ ਅਸੀਂ ਜੇ ਇਹਨੂੰ ਵਧੀਆ ਤਰੀਕੇ ਨਾਲ ਦਿਖਾ ਨਹੀਂ ਪਾਏ, ਕਿਉਂਕਿ ਅਸੀਂ ਚਾਹੁੰਦੇ ਸੀਗੇ ਅਸੀਂ ਐਜ਼ ਕਲੋਜ਼ ਐਜ਼ ਰਿਐਲਿਟੀ ਦਿਖਾਈਏ, ਫਿਰ ਅਸੀਂ ਹੰਟ ਕਰਨਾ ਸ਼ੁਰੂ ਕੀਤਾ ਕਿ ਅਸੀਂ ਜਿਹੜੇ ਵੀ ਕਿਰਦਾਰ ਵਿੱਚ ਲੈਣੇ ਆ, ਜਿਹੜੇ ਵੀ ਪਲੇਅਰਸ ਹੋਣਗੇ ਜਾਂ ਜੋ ਵੀ ਇਸ ਕਹਾਣੀ ਦੇ ਆਲੇ ਦੁਆਲੇ ਘੁੰਮਣਗੇ, ਉਹ ਸਾਰੇ ਸਾਨੂੰ ਗੱਤਕੇ ਦੇ ਪਲੇਅਰ ਹੀ ਚਾਹੀਦੇ ਆ, ਨਾਲੋ ਨਾਲ ਐਕਟਰ ਵੀ ਚਾਹੀਦੇ ਆ। ਅਤੇ ਸਾਡਾ ਜਿਹੜੀ ਸਰਚ ਹੈਗੀ ਉਹ ਬਹੁਤ ਜ਼ਿਆਦਾ ਲਿਮਿਟਡ ਹੋ ਗਈ ਕਿਉਂਕਿ ਇੱਕ ਤਾਂ ਉਹ ਐਕਟਰ ਵੀ ਹੋਣੇ ਚਾਹੀਦੇ ਆ, ਉੱਪਰ ਉਹਨੂੰ ਗੱਤਕਾ ਖੇਡਣਾ ਆਉਣਾ ਚਾਹੀਦਾ। ਇਹ ਬਹੁਤ ਬੜੀ ਮਤਲਬ ਜਦੋ ਜਹਿਦ ਕਰਕੇ ਬੜੀ ਹੋਮਵਰਕ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਜੀ। ਹੋਰ ਐਕਸ਼ਨ ਸੀਨਸ ਜਿਹੜੇ ਦਿਖਾਏ ਗਏ ਨੇ ਉਹਨਾਂ ਨੂੰ ਕਿੱਦਾਂ ਫਰਮਾਇਆ ਗਿਆ? ਅਸੀਂ ਜੀ ਐਕਸ਼ਨ ਫਿਲਮਸ ਜਿਹੜੇ ਸੀਗੇ ਉਹਦੇ ਵਿੱਚ ਅਸੀਂ ਕਈ ਚੀਜ਼ਾਂ ਦਾ ਯੂਜ਼ ਕੀਤਾ ਹੈ, ਜਿੱਦਾਂ ਅਸੀਂ ਗੱਤਕਾ ਖੇਡਦੇ ਹਾਂ ਤਾਂ ਅਸੀਂ ਤਾਂ ਬਿਲਕੁਲ ਰੌ ਖੇਡਦੇ ਹਾਂ, ਲੇਕਿਨ ਜਦੋਂ ਅਸੀਂ ਕਈ ਵਾਰੀ ਐਂ ਹੋ ਜਾਂਦਾ ਕਿ ਅਸੀਂ
ਫਿਲਮ ਫਿਲਮਾ ਰਹੇ ਹੁੰਦੇ ਹਾਂ ਅਤੇ ਉਸ ਵੇਲੇ ਸਾਨੂੰ ਵਾਈਟ ਮਾਸਟਰਸ ਵੀ ਚਾਹੀਦੇ ਹੁੰਦੇ ਆ, ਸਿਕਿਉਰਿਟੀ ਵੀ ਰੱਖਣੀ ਪੈਂਦੀ ਆ, ਕੁਛ ਨਾ ਕੁਛ ਉਹਦੇ ਨਾਲ ਮਤਲਬ ਜਿਵੇਂ ਅਹਤਿਆਤ ਵਰਤਣੇ ਪੈਂਦੇ ਆ ਵੀ ਜਿਵੇਂ ਸੱਟ ਚੋਟ ਨਾ ਲੱਗ ਜਾਏ ਕਿਸੇ ਨੂੰ, ਹੈ ਨਾ, ਤਾਂ ਉਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਅਤੇ ਉਹ ਸਭ ਚੀਜ਼ਾਂ ਨੂੰ ਲੈ ਕੇ ਫਿਲਮਾਉਣ ਦੇ ਵਿੱਚ ਤੱਕ ਬੜੀ ਦਿੱਕਤ ਸੀ ਕਿਉਂਕਿ ਸਾਰਿਆਂ ਵਾਸਤੇ ਨਵਾਂ ਸੀ, ਚਾਹੇ ਉਹ ਕੈਮਰਾਮੈਨ ਸੀ, ਡਾਇਰੈਕਟਰ ਸੀ, ਫਾਈਟ ਡਾਇਰੈਕਟਰ ਸੀ, ਐਕਟਰ ਸੀਗੇ, ਤਾਂ ਕਈ ਵਾਰੀ ਸ਼ਾਰਟਸ ਗਲਤ ਹੋ ਜਾਂਦੇ ਸੀਗੇ ਅਤੇ ਕਈ ਵਾਰੀ ਉਹਨੂੰ ਰੀਟੇਕ ਕਰਨਾ ਪੈਂਦਾ ਸੀਗਾ, ਤਾਂ ਉਸਦੇ ਚੱਲਦੇ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਨੂੰ ਮੈਨੇਜ ਕਰਕੇ ਚੱਲਣੀਆਂ ਪਈਆਂ ਜੀ। ਅੱਛਾ, ਜਦੋਂ ਆਪਾਂ ਇੱਕ ਸੀਨੀਅਰ ਆਰਟਿਸਟ ਨਾਲ ਕੰਮ ਕਰੀਏ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜਦੋਂ ਤੁਸੀਂ ਜਰਨੈਲ ਜੀ ਨਾਲ ਕੰਮ ਕੀਤਾ ਕਿੰਨਾ ਕੁਝ ਸਿੱਖਣ ਨੂੰ ਮਿਲੇ, ਕਿਉਂਕਿ ਉਹਨੇ ਪ੍ਰੋਡਕਸ਼ਨ ਵੀ ਦੇਖੀ ਹੈ, ਐਕਟਿੰਗ ਵੀ ਦੇਖੀ ਹੈ, ਆ ਚੀਜ਼ ਸੰਭਾਲੀ ਹੋਈ ਹੈ, ਉਹਨਾਂ ਦਾ ਐਕਸਪੀਰੀਅੰਸ ਕਿੰਨਾ ਇਸ ਮੂਵੀ ਦੇ ਵਿੱਚ ਕੰਮ ਹੋਇਆ ਜੀ? ਜਰਨੈਲ ਭਾਅ ਜੀ ਦੀ ਮੈਂ ਅਗਰ ਗੱਲ ਕਰਾਂ ਨਾ, ਤਾਂ ਉਹ ਇੰਡਸਟਰੀ ਦੇ ਉਸ ਸਤੰਭ ਦੇ ਵਿੱਚੋਂ ਹੈਗੇ, ਉਸ ਪਿੱਲਰ ਦੇ ਵਿੱਚੋਂ ਹੈਗੇ ਆ ਜਿਹੜੇ ਜਿਹਨਾਂ ਦੇ ਉੱਤੇ ਇੰਡਸਟਰੀ ਖੜ੍ਹੀ ਆ। ਅਤੇ ਜਦੋਂ ਅਸੀਂ ਜਰਨੈਲ ਭਾਅ ਜੀ ਕੋਲ ਮੈਂ ਪਹਿਲੀ ਵਾਰੀ ਮਿਲਿਆ ਉਹਨਾਂ ਨੂੰ, ਅਤੇ ਮੈਂ ਸੋਚਦਾ ਸੀ, ਮੈਂ ਕਿਹਾ ਯਾਰ ਜਰਨੈਲ ਭਾਅ ਜੀ, ਅਤੇ ਮੈਂ ਕਿਹਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੈਂ ਕਿਹਾ ਯਾਰ ਮੇਰੀ ਪਹਿਲਾਂ ਭਾਅ ਜੀ ਨਾਲ ਫੋਟੋ ਖਿੱਚਦੇ, ਮੈਂ ਕਿਹਾ ਯਾਰ ਪਤਾ ਨਹੀਂ ਉਹਨੇ ਹਾਂ ਕਰਨੀ ਨਹੀਂ ਕਰਨੀ, ਹੈ ਨਾ, ਕਿਉਂਕਿ ਅਸੀਂ ਮੈਂ ਮਿਲਿਆ ਤਾਂ ਸੀਗਾ ਨਹੀਂ ਕਦੀ ਉਹਨਾਂ ਨੂੰ, ਅਤੇ ਮੈਨੂੰ ਪਤਾ ਨਹੀਂ ਸੀਗਾ ਪਰਸਨਲੀ ਉਹ ਕਿਹੋ ਜਿਹੇ ਆ, ਮੈਂ ਕਿਹਾ ਮੇਰੀ ਪਹਿਲਾਂ ਫੋਟੋ ਖਿੱਚਦੇ, ਮੇਰੀ ਫੋਟੋ ਤਾਂ ਹੋ ਜਾਏਗੀ ਭਾਅ ਜੀ ਨਾਲ। ਬਟ ਜਦੋਂ ਭਾਅ ਜੀ ਨੂੰ ਇਹ ਟੋਪਿਕ ਦੱਸਿਆ ਤਾਂ ਉਹਨਾਂ ਨੇ ਬਹੁਤ ਲਾਈਕ ਕੀਤਾ, ਕਹਿੰਦੇ ਯਾਰ ਚਲੋ, ਕਹਿੰਦੇ ਮੈਂ ਵੀ ਕਰਨਾ ਚਾਹੁੰਦਾ ਸੀ, ਲੇਕਿਨ ਕਹਿੰਦਾ ਮੈਂ ਹੈਰਾਨ ਹੈਗਾ ਕਿ ਅਸੀਂ ਅੱਜ ਤੱਕ ਇਹ ਟੋਪਿਕ ਛੇੜ ਹੀ ਨਹੀਂ ਪਾਏ। ਫਿਰ ਉਹ ਬੜੇ ਦਿਲ ਨਾਲ ਲੱਗੇ ਫਿਲਮ ਦੇ ਰਾਹੀਂ, ਫਿਲਮ ਇੰਡਸਟਰੀ ਦੇ ਬਾਰੇ ਵੀ ਮੈਂ ਕਈ ਚੀਜ਼ਾਂ ਸਿੱਖੀਆਂ ਉਹਨਾਂ ਤੋਂ, ਔਰ ਮੈਂ ਵੈਸੇ ਵੀ ਸਿੱਖਿਆ ਕਿ ਕੰਮ ਕਿਵੇਂ ਕਰਨਾ, ਉਹ ਵੀ ਸਿੱਖਿਆ, ਔਰ ਉਹ ਆਪ ਬੜੇ ਸੁਲਝੇ ਹੋਏ ਨੇ, ਬੜੀ ਉਹ ਕਈ ਚੀਜ਼ਾਂ ਜਿਹੜੀਆਂ ਮੈਂ ਪਰਸਨਲ ਤੌਰ 'ਤੇ ਵੀ ਉਹਨਾਂ ਤੋਂ ਬੜੀ ਸਾਰੀ ਚੀਜ਼ਾਂ ਸਿੱਖੀਆਂ ਨੇ। ਫਿਲਮ ਤੁਸੀਂ ਬਹੁਤ ਸੋਹਣਾ ਖੂਬਸੂਰਤ ਟੋਪਿਕ ਕੀਤਾ ਹੋਇਆ, ਕਿ ਤੁਹਾਨੂੰ ਲੱਗਦਾ ਕਿ ਇਹ ਟੋਪਿਕ ਬਾਰੇ ਜਿਹੜੀ ਅਵੇਅਰਨੈਸ ਹੈਗੀ ਹੈ ਕਿ ਵਾਕਈ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਸਮਾਂ, ਕਿਉਂਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਘੱਟ ਹੈ, ਔਰ ਅਗਰ ਤੁਸੀਂ ਇਸ ਟੋਪਿਕ ਨੂੰ ਪ੍ਰੋਪਰ ਵੇ ਦੇ ਨਾਲ ਕਨਵੇ ਕਰਦੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਸੁਪਰ ਡੁਪਰ ਹਿੱਟ ਤੁਹਾਡੀ ਮੂਵੀ ਜਾ ਸਕਦੀ ਹੈ। ਕਿ ਤੁਸੀਂ ਜਿਹੜੇ ਗੱਤਕਾ ਟੀਮਸ ਨੇ ਜਾਂ ਗੁਰੂ ਘਰ ਦੇ ਵਿੱਚ ਜਿਹੜੇ ਬੱਚੇ ਸਿੱਖਦੇ ਨੇ, ਸਟੂਡੈਂਟ ਸਿੱਖਦੇ ਆ, ਜਾਂ ਜਿਹੜੇ ਗੁਰਸਿੱਖ ਸਕੂਲਾਂ ਦੇ ਵਿੱਚ ਇਹ ਸਿਖਾਇਆ ਜਾਂਦਾ, ਕਿ ਇੱਦਾਂ ਦੀ ਕੋਈ ਸੰਸਥਾਵਾਂ ਨਾਲ ਕੋਈ ਟਾਈ ਅਪ ਤੁਸੀਂ ਕੀਤਾ ਕਿ ਉਹ ਜਿਹੜੇ ਮੂਵੀ ਦੇਖਣ ਵਾਸਤੇ ਉੱਥੇ? ਹਾਂਜੀ, ਆਪਾਂ ਕੋਸ਼ਿਸ਼ ਕੀਤੀ ਜੀ, ਆਪਾਂ ਜਿਹੜੇ ਵੀ ਇੱਦਾਂ ਦੇ ਸੰਸਥਾਵਾਂ ਹੈਗੀਆਂ ਜਾਂ ਫੈਡਰੇਸ਼ਨਸ ਹੈਗੀਆਂ, ਉਹਨਾਂ ਨੂੰ ਅਸੀਂ ਗਏ, ਉਹਨਾਂ ਨੂੰ ਮਿਲੇ, ਆਪਣਾ ਟੋਪਿਕ ਸਮਝਾਇਆ, ਉਹਨਾਂ ਨੂੰ ਕਨਸੈਪਟ ਦੱਸਿਆ, ਉਹਨਾਂ ਸਾਰਿਆਂ ਨੇ ਲਾਈਕ ਕੀਤਾ। ਜੋ ਵੀ ਸਾਡੇ ਹੱਥ ਪਾਸ ਹੈਗਾ ਸੀਗਾ, ਅਸੀਂ ਕੋਸ਼ਿਸ਼ ਕੀਤੀ ਕਿ ਸਾਡੀ ਗੱਲ ਜਿਹੜੀ ਹੈ ਉਹ ਪਬਲਿਕ ਤੱਕ ਪਹੁੰਚੇ। ਇਹਦੇ ਵਿੱਚ ਵੱਡੀ ਗੱਲ ਇਹ ਸੀਗੀ, ਜਦੋਂ ਜਿੱਦਾਂ ਉਹਨਾਂ ਨੇ ਸਾਨੂੰ ਦੱਸਿਆ, ਪਹਿਲਾਂ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਗੱਤਕਾ ਕਹਿੰਦੇ ਦੇਖਣ ਜਾਣਾ, ਤਾਂ ਅਸੀਂ ਇਹ ਚਾਹੁੰਦੇ ਸੀਗੇ ਕਿ ਇਹੋ ਜਿਹਾ ਕ੍ਰੀਏਟਿਵ ਵੇ ਹੋਵੇ, ਇਹੋ ਜਿਹਾ ਇੰਟਰਸਟਿੰਗ ਵੇ ਹੋਵੇ ਕਿ ਤਾਂ ਜੋ ਬੱਚੇ ਦੇਖਣ ਤਾਂ ਕਹਿਣ ਮੰਮੀ ਅਸੀਂ ਫਿਲਮ ਦੇਖਣ ਜਾਣਾ, ਅਤੇ ਜੇ ਬੱਚੇ ਉਹ ਅਸੀਂ ਬੱਚਿਆਂ ਨੂੰ ਇੰਸਪਾਇਰ ਕਰ ਦਾਂਗੇ ਤਾਂ ਸਾਡੀ ਸਮਝ ਲਓ ਜਿਹੜੀ ਸਾਡੀ ਲੈਗਸੀ ਹੈ ਗੱਤਕੇ ਦੀ ਉਹ ਕੈਰੀ ਫਾਰਵਰਡ ਹੋ ਜਾਏਗੀ। ਹੁਣ ਕਿਰਨ ਦੀ ਮੂਵੀ ਲੱਗਣ ਤੋਂ ਬਾਅਦ ਨੈਕਸਟ ਕੀ ਕਰਨ ਜਾ ਰਹੇ, ਮਾਈਂਡ 'ਚ ਕੀ ਚੱਲ ਰਿਹਾ? ਜੀ, ਮਾਈਂਡ ਦੇ ਵਿੱਚ ਜਿਹੜੀ ਹੈਗੀ ਆ ਮੇਰੇ, ਡੈਫੀਨੇਟਲੀ ਮੈਂ ਹੋਰ ਫਿਲਮਾਂ ਕਰਨੀਆਂ, ਔਰ ਮਹਾਰਾਜ ਦੀ ਕਿਰਪਾ ਨਾਲ ਹੁਣ ਟ੍ਰੇਲਰ ਤੋਂ ਬਾਅਦ ਹੀ ਜਿਹੜੇ ਆ ਉਹ ਔਫਰਸ ਆਉਣੇ ਸ਼ੁਰੂ ਹੋ ਗਏ ਆ। ਬਟ ਮੈਨੂੰ ਇਹ ਲੱਗਦਾ ਕਿ ਯਾਰ ਐਜ਼ ਅਗਰ ਅਸੀਂ ਕੋਈ ਵੀ ਫਿਲਮਾਂ ਕਰਦੇ ਹਾਂ ਤਾਂ ਸਾਡੇ ਇੱਕ ਮੋਰਲ ਰਿਸਪੋਂਸੀਬਿਲਿਟੀ ਹੁੰਦੀ ਹੈ ਟੂਵਰਡਸ ਆਰ ਆਡੀਅੰਸ, ਟੂਵਰਡਸ ਆਰ ਸੋਸਾਇਟੀ ਐਂਡ ਕਲਚਰ। ਕੋਸ਼ਿਸ਼ ਇਹੀ ਕਰੀਏ ਕਿ ਕੁਛ ਨਵਾਂ ਟੋਪਿਕ ਲੈ ਕੇ ਆਵਾਂ। ਮੇਰੀ ਹੁਣ ਤੱਕ ਮੈਂ ਬੜਾ ਲੱਕੀ ਰਿਹਾ ਕਿ ਮੈਂ ਹਰ ਵਾਰੀ ਨਵਾਂ ਟੋਪਿਕ ਲੈ ਕੇ ਆਉਂਦਾ, 3 ਫਿਲਮਾਂ ਮੇਰੀਆਂ ਆਈਆਂ, ਤਿੰਨੋਂ ਹੀ ਵੱਖਰੇ ਟੋਪਿਕ 'ਤੇ ਸੀਗੀਆਂ, ਅਤੇ ਮੈਂ ਹੋਰ ਚੀਜ਼ਾਂ ਇਹੋ ਜਿਹੀ ਚਾਹੁੰਦਾ ਕਿ ਅਸੀਂ ਲੈ ਕੇ ਆ ਪਾਈਏ, ਤਾਂ ਜੋ ਸਾਡਾ ਜਿਹੜਾ ਇਤਿਹਾਸ ਦਾ ਆਪਣਾ ਪੰਜਾਬ ਦਾ ਇਤਿਹਾਸ ਹੈ ਉਹ ਬਹੁਤ ਰਿਚ ਆ। ਐਸੇ ਕਈ ਮੈਂ ਦੱਸਾਂ ਪੰਨੇ ਇਹੋ ਜਿਹੇ ਦੱਬੇ ਪਏ ਆ ਜਿਹਦੇ ਇੱਕ ਇੱਕ ਪੰਨੇ ਦੇ ਉੱਤੇ ਦੋ ਦੋ ਤਿੰਨ ਤਿੰਨ ਫਿਲਮਾਂ ਬਣ ਸਕਦੀਆਂ, ਔਰ ਅਸੀਂ ਜਾਣੇ ਜਾਂਦੇ ਹਾਂ ਸਿਰਫ ਹਾਂ ਯਾਰ ਪੰਜਾਬੀ ਫਿਲਮ ਹੋ ਗਈ ਨਾ, ਕਾਮੇਡੀ ਬਹੁਤ ਵਧੀਆ ਹੁੰਦੀ ਹੈ, ਹੁੰਦੀ ਆ, ਮੰਨ ਗਏ, ਲੇਕਿਨ ਅਸੀਂ ਇਕੱਲੇ ਕਾਮੇਡੀ ਥੋੜ੍ਹੀ ਕਰਦੇ ਹਾਂ। ਸਾਡੀ ਪੰਜਾਬ ਦੀ ਫਿਲਮ ਇੰਡਸਟਰੀ, ਪੰਜਾਬ ਦੀ ਆਡੀਅੰਸ ਨੂੰ ਔਰ ਦੁਨੀਆ ਨੂੰ ਇਹ ਚੀਜ਼ ਦੱਸਣੀ ਜ਼ਰੂਰੀ ਆ ਕਿ ਅਸੀਂ ਕਿਹੜੇ ਵਿਰਸੇ ਤੋਂ ਆਉਂਦੇ ਹਾਂ, ਕਿਹੜੀ ਸਾਡੀ ਪਿਛੋਕੜ ਕੀ ਆ। ਅਸੀਂ ਯੋਧਿਆਂ ਦੇ ਦੇਸ਼, ਯੋਧਿਆਂ ਦੀ ਮਿੱਟੀ 'ਚੋਂ ਪੈਦਾ ਹੋਏ ਹਾਂ, ਅਸੀਂ ਉੱਧਰ ਨੂੰ ਲੈ ਕੇ ਆਈਏ, ਨਾਲੋਂ ਨਾਲ ਡਿਫਰੈਂਟ ਟੋਪਿਕਸ
ਲੈ ਕੇ ਆਈਏ, ਜੋ ਕਿ ਥੋੜ੍ਹਾ ਬਹੁਤ ਜਿਹੜੀ ਸਾਡੀ ਯੂਥ ਹੈ ਉਹ ਦੂਜੇ ਪਾਸੇ ਤੁਰੀ ਹੋਊ, ਉਹਨੂੰ ਅਸੀਂ ਵਾਪਸ ਮੁੜ ਲਿਆਈਏ, ਕੋਸ਼ਿਸ਼ ਇਹੀ ਕਰਾਂਗੇ ਜੀ। ਬਿਲਕੁਲ। ਅੱਛਾ, ਜਿੱਦਾਂ ਤੁਸੀਂ ਮੂਵੀ 'ਚ ਦੱਸਿਆ ਕਿ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਤੁਸੀਂ ਜਰਨੈਲ ਸਿੰਘ ਨੂੰ ਮਿਲਿਆ ਤਾਂ ਫਸਟ ਮਾਇੰਡ 'ਚ ਆਈ ਸੀਗਾ ਕਿ ਸਾਡੇ ਨਾਲ ਫੋਟੋ ਹੋ ਜਾਵੇ। ਸੋ ਪਰਸਨਲੀ ਕਿਰਨ ਕਿਹਨਾਂ ਨਾਲ ਹੋਰ ਫੋਟੋ ਕਰਵਾਉਣਾ ਚਾਹੁੰਦਾ ਜਾਂ ਕਿਹਨਾਂ ਨਾਲ ਮੂਵੀ ਕਰਨਾ ਚਾਹੁੰਦਾ ਕਿ ਮੈਂ ਉਹਨਾਂ ਇਹਨਾਂ ਆਰਟਿਸਟ ਦੇ ਨਾਲ ਮੂਵੀ ਕਰਨਾ ਚਾਹੁੰਦਾ? ਕਿਹੜੇ ਆਰਟਿਸਟ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਮੁੰਡਿਆਂ ਦੇ ਵਿੱਚ ਔਰ ਕੁੜੀਆਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ? ਜੀ, ਮੁੰਡਿਆਂ ਦੇ ਵਿੱਚ ਅਗਰ ਆਰਟਿਸਟ ਦੀ ਗੱਲ ਕਰੀਏ ਨਾ, ਤਾਂ ਦੇਖੋ ਇੱਕ ਤਾਂ ਹਰਵੀ ਸੰਘਾ ਭਾਅ ਜੀ ਨੇ, ਦੂਜਾ ਆਪਣੇ ਕਰਮਜੀਤ ਅਨਮੋਲ ਭਾਅ ਜੀ ਨੇ, ਗੁਰਪ੍ਰੀਤ ਘੁੱਗੀ ਭਾਅ ਜੀ ਨੇ, ਦਿਲਜੀਤ ਦੋਸਾਂਝ ਨੇ, ਹੋਰ ਕਈ ਐਸੇ ਐਕਟਰਸ ਨੇ। ਇਹ ਉਹ ਬੰਦੇ ਨੇ ਜਿਹੜੇ ਬਾ ਕਮਾਲ ਐਕਟਰ ਨੇ, ਉਹਨਾਂ ਨੂੰ ਐਕਟਿੰਗ ਬਾਰੇ ਔਰ ਸਿਨੇਮਾ ਬਾਰੇ ਬਹੁਤ ਜ਼ਿਆਦਾ ਨੌਲੇਜ ਵੀ ਹੈ ਔਰ ਉਹ ਸਮਝਦੇ ਨੇ ਉਸ ਚੀਜ਼ ਨੂੰ। ਅਤੇ ਮੁੰਡਿਆਂ ਦੇ ਵਿੱਚ ਇਹ ਹੋ ਗਿਆ ਜੀ, ਬੰਦਿਆਂ ਦੇ ਵਿੱਚ ਅਗਰ ਅਸੀਂ ਵਿਮਨ ਜੈਂਡਰ ਦੀ ਗੱਲ ਕਰੀਏ ਤਾਂ ਡੈਫੀਨੇਟਲੀ ਇਹ ਸਰਗੁਣ ਮਹਿਤਾ ਮੇਰੀ ਪਰਸਨਲ ਫੇਵਰੇਟ ਨੇ ਵੈਸੇ ਹੁਣ ਤੱਕ, ਉਹਨਾਂ ਦੀ ਸਕਰੀਨ ਪ੍ਰੈਜੈਂਸ ਕਮਾਲ ਹੈ। ਤਾਨੀਆ ਇਜ਼ ਵੈਰੀ ਗੁੱਡ। ਈਵਨ ਅਸੀਂ ਅਗਰ ਗੱਲ ਕਰਦੇ ਹਾਂ ਤਾਂ ਨੀਰੂ ਬਾਜਵਾ ਜੀ ਫਿਨੋਮੀਨਲ, ਵੈਰੀ ਨਾਈਸ। ਪਰਸਨਲੀ ਮੈਂ ਚਾਹੂੰਗਾ ਮੈਂ ਸਾਰਿਆਂ ਨਾਲ ਕੰਮ ਕਰਾਂ, ਕਿਉਂਕਿ ਜਦੋਂ ਵੀ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਕੁਛ ਨਾ ਕੁਛ ਸਿੱਖਦੇ ਹੋ, ਹੈ ਨਾ? ਅਤੇ ਜਿੰਨੇ ਜ਼ਿਆਦਾ ਆਰਟਿਸਟ ਨਾਲ ਕੰਮ ਕਰਾਂਗੇ ਰਾਦਰ ਦੈਨ ਕਿ ਇੱਕੋ ਹੀ ਕੁਛ ਰਿਪੀਟ ਕਰਦੇ ਰਹੀਏ, ਆਈ ਵੁੱਡ ਲਾਈਕ ਟੂ ਵਰਕ ਕਿ ਜ਼ਿਆਦਾ ਤੋਂ ਜ਼ਿਆਦਾ ਆਰਟਿਸਟ ਨਾਲ ਕੰਮ ਕਰਾਂਗਾ। ਹੋਬੀਜ਼ ਕੀ ਲੈ ਕੇ ਬਚਪਨ ਤੋਂ ਵੱਡੇ ਹੋਏ ਹੋ? ਹੋਬੀਜ਼ ਮੈਨੂੰ ਐਂ ਲੱਗਦਾ ਜੀ ਮੈਂ ਕੁਛ ਕ੍ਰੀਏਟਿਵ ਕਰਾਂ, ਮੇਰਾ ਹੱਥ ਕੁਛ ਨਾ ਕੁਛ ਚੱਲਦਾ ਰਹਿੰਦਾ ਦਿਮਾਗ ਕਿ ਯਾਰ ਇਹਨੂੰ ਇੱਦਾਂ ਕਰ ਲਾਂ ਜਾਂ ਇਹਨੂੰ ਦੂਸਰੇ ਦਾ ਹੋਰ ਕਿੱਦਾਂ ਕਰ ਸਕਦਾ। ਅਦਰਵਾਈਜ਼ ਜਦੋਂ ਮੈਂ ਫਰੀ ਹੁੰਦਾ ਜਾਂ ਮੈਂ ਥੋੜ੍ਹਾ ਸਟ੍ਰੈਸ ਹੁੰਦਾ ਤਾਂ ਆਈ ਲਾਈਕ ਡਰਾਈਵਿੰਗ, ਗੱਡੀਆਂ ਚਲਾਉਣਾ ਮੈਨੂੰ ਪਸੰਦ ਆ, ਡਰਾਈਵ ਕਰ ਲਿਆ, ਡਾਂਸ ਕਰ ਲਿਆ ਜਾਂ ਕੁਛ ਥੋੜ੍ਹਾ ਜਿਹਾ ਮਿਊਜ਼ਿਕ ਸੁਣ ਲਿਆ ਵੱਖ ਵੱਖ ਤਰੀਕਿਆਂ ਦਾ, ਅਤੇ ਮੈਨੂੰ ਬਸ ਇਹ ਚੀਜ਼ ਅੱਛਾ ਲੱਗਦਾ ਕਿ ਜਦੋਂ ਦਿਮਾਗ ਥੋੜ੍ਹਾ ਜਿਹਾ ਸ਼ਾਂਤ ਕਰਨਾ। ਔਰ ਕਿੱਥੇ ਪੈਦਾ ਹੋਇਆ, ਘਰ ਪਰਿਵਾਰ ਵਿੱਚ ਕੌਣ ਕੌਣ ਹੈ, ਕੀ ਕਰ ਰਹੇ ਨੇ ਸਾਰੇ? ਬਾਈ ਜੀ ਐਗਜ਼ਾਮਪਲ ਮੇਰੀ ਦਿੱਲੀ ਦੀ ਆ, ਵੈਸੇ ਮੈਂ ਜਿਹੜਾ ਅਗਰ ਮੇਰੇ ਪਿੰਡ ਦੀ ਗੱਲ ਕਰਾਂ ਤਾਂ ਪਿੰਡ ਮੇਰਾ ਪਟੋਰੀਗੜ੍ਹ ਪੈਂਦਾ ਜ਼ਿਲ੍ਹਾ ਹੁਸ਼ਿਆਰਪੁਰ, ਅਤੇ ਉੱਥੇ ਸਾਡਾ ਜੱਦੀ ਘਰ ਹੈਗਾ ਹਜੇ ਵੀ, ਬਾਕੀ ਐਗਜ਼ਾਮਪਲ ਮੇਰੀ ਦਿੱਲੀ ਦੀ ਹੈ ਵੈਸੇ। ਅਤੇ ਬਸ ਪਰਿਵਾਰ ਦੇ ਵਿੱਚ ਸਾਰੇ ਜਣੇ ਹੈਗੇ ਨੇ ਜੀ, ਪੇਰੈਂਟਸ ਵੀ ਹੈਗੇ ਆ, ਭੈਣਾਂ ਭਰਾਵਾਂ ਸਾਰੇ ਹੈਗੇ ਜੀ। ਫੈਮਿਲੀ ਸੈਕਟਰ ਕੀ ਕਰ ਰਹੇ ਕੰਮ? ਮੈਂ ਵੈਸੇ ਬਿਜ਼ਨਸ ਫੈਮਿਲੀ ਤੋਂ ਬਿਲੋਂਗ ਕਰਦਾ ਜੀ, ਅਤੇ ਬਸ ਉਹ ਕੰਮਾਂ ਕਾਰਾਂ 'ਚ ਉਲਝੇ ਰਹੀਦਾ। ਉੱਥੇ ਡਿਊਟੀ ਦਿੰਦੇ ਹੋ? ਹਾਂਜੀ ਹਾਂਜੀ, ਕੰਮ ਤਾਂ ਕਰਨਾ ਜੀ, ਰੋਟੀ ਪਾਣੀ ਖਾਣੀ ਹੈ ਜੀ, ਜਿਹੜਾ ਕੰਮ ਚੱਲਦਾ ਪਿਆ ਉਹਨੂੰ ਛੱਡਣਾ ਥੋੜ੍ਹੀ ਆ। ਕੰਮ ਕੀ ਕਰ ਰਹੇ ਹੋ ਸਾਰੇ? ਸਾਡਾ ਜਿਹੜਾ ਕੰਮ ਹੈਗਾ ਜੀ ਉਹ ਅਸੀਂ ਹੋਮ ਅਪਲਾਇੰਸਿਸ ਦਾ ਕੰਮ ਕਰਦੇ ਹਾਂ, ਅਤੇ ਫੈਨਸ ਗੀਜ਼ਰਸ ਜੀ ਉਹ ਅਸੀਂ ਸਭ ਚੀਜ਼ਾਂ ਬਣਾਉਂਦੇ ਹਾਂ ਅਤੇ ਵੇਚਦੇ ਹਾਂ। ਸੀਜ਼ਨ ਚੱਲਦਾ ਪਿਆ ਤੁਹਾਡਾ? ਹਾਂਜੀ ਹਾਂਜੀ ਚੱਲਦਾ ਪਿਆ ਜੀ, ਦੋਨਾਂ ਚੱਲਦਾ ਪਿਆ, ਫਿਲਮ ਦਾ ਵੀ ਸੀਜ਼ਨ ਚੱਲਦਾ ਪਿਆ, ਅਤੇ ਇਹੀ ਤੁਹਾਨੂੰ ਸਾਰਿਆਂ ਨੂੰ ਇੰਤਜ਼ਾਰ ਕਰਨੀ ਹੈ ਜੀ, ਸਾਰਿਆਂ ਨੇ ਸਿਨੇਮਾ ਘਰਾਂ 'ਚ ਜ਼ਰੂਰ ਜਾਇਓ, ਅਤੇ ਸਾਡੀ ਮਿਹਨਤ ਨੂੰ, ਸਾਡੇ ਇੰਟੈਂਸ਼ਨਸ ਨੂੰ, ਸਾਡੇ ਇਰਾਦਿਆਂ ਨੂੰ ਜਿਹੜਾ ਤੁਸੀਂ ਭਾਗ ਲਾਇਓ, ਤਾਂ ਜੋ ਸਾਡੇ ਵਰਗੇ ਬੰਦੇ ਜਿਹੜੀ ਨਵਾਂ ਕੁਛ ਕਰਨਾ ਚਾਹੁੰਦੇ, ਇਤਿਹਾਸ ਦੀ ਕੋਈ ਚੀਜ਼ ਲੈ ਕੇ ਆਉਣਾ ਚਾਹੁੰਦੇ ਆ, ਉਹਨਾਂ ਨੂੰ ਵੀ ਸਪੋਰਟ ਮਿਲੇ ਤਾਂ ਜੋ ਇੰਡਸਟਰੀ ਵੀ ਗਰੋ ਕਰ ਸਕੇ ਔਰ ਸਾਡੀ ਆਡੀਅੰਸ ਵੀ ਗਰੋ ਕਰ ਸਕੇ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ, ਲੁਧਿਆਣਾ ਦੇ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆਣਾ ਦੇ ਹੋਏ ਸਾਹ, ਧੰਨਵਾਦ, ਜੁੜੇ ਰਹੋ ਲੁਧਿਆਣਾ।